ਪੰਜਾਬੀ ਬੋਲੀ 'ਤੇ ਬੜਾ ਹੈ ਮਾਣ ਮੈਨੂੰ, ਪੰਜਾਬੀ ਬੋਲੀ 'ਤੇ ਬੜਾ ਹੈ ਮਾਣ ਮੈਨੂੰ। ਹਰ ਬੋਲੀ ਦਾ ਉਂਝ ਸਤਿਕਾਰ ਕਰੀਏ, ਆਓ ਇਕੱਠੇ ਹੋ ਕੇ ਆਪਾਂ ਸਾਰੇ ਜਾਣੇ ਹਰ ਇਨਸਾਨ ਨੂੰ ਸਾਰੇ ਪਿਆਰ ਕਰੀਏ, ਜਿੱਥੇ ਸਭ ਨੂੰ ਸੁੱਖ ਦਾ ਸਾਹ ਆਵੇ ਇਹੋ ਜਿਹਾ ਮਾਹੌਲ ਤਿਆਰ ਕਰੀਏ। ਵਾਰੀ ਨਫ਼ਰਤਾਂ ਦੀ ਜੋ ਹੈ ਖੜੀ, ਲੰਬੀ ਛਾਲ ਮਾਰ ਉਸ ਨੂੰ ਪਾਰ ਕਰੀਏ, ਲੰਬੀ ਛਾਲ ਮਾਰ ਉਸ ਨੂੰ ਪਾਰ ਕਰੀਏ। ਜੀ ਹਾਂ, ਕਿਸੇ ਸ਼ਾਇਰ ਦੀਆਂ ਕਹੀਆਂ ਹੋਈਆਂ ਇਹਨਾਂ ਸਿਆਣੀਆਂ ਗੱਲਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਦੋ ਤਿੰਨ ਦਿਨ ਤੋਂ ਅਸੀਂ ਗੁਰੂ ਨਾਨਕ ਦੇਵ ਜੀ ਬਾਰੇ ਗੱਲਾਂ ਕਰ ਰਹੇ ਸੀ, ਕਰਤਾਰਪੁਰ ਦੇ ਲਾਂਘੇ ਬਾਰੇ ਗੱਲਾਂ ਕਰ ਰਹੇ ਸੀ, ਪਰ ਫਿਰ ਵੀ ਸਾਨੂੰ ਹਜੇ ਕਾਫੀ ਫੋਨ ਆ ਰਹੇ ਨੇ ਲਾਂਘੇ ਬਾਰੇ ਪੁੱਛ ਰਹੇ ਨੇ ਲੋਕ, ਸਿਟੀਜ਼ਨ ਬਾਰੇ, ਖਾਸ ਤੌਰ 'ਤੇ ਵੀ ਜਿਹੜੇ ਲੋਕ ਇੱਧਰਲੇ ਸਿਟੀਜ਼ਨ ਨੇ ਉਹਨਾਂ ਦਾ ਕੀ ਸਟੇਟਸ ਹੈਗਾ। ਸੋ ਬਹੁਤ ਕਲੀਅਰ ਗੱਲ ਇਹ ਹੈ ਜੀ ਵੀ ਜਿਹੜੇ ਸਿਟੀਜ਼ਨ ਹੈ ਉਹ ਉਹਨਾਂ ਨੂੰ ਵੀਜ਼ਾ ਲੈ ਕੇ ਵਾਇਆ ਅਟਾਰੀ ਜਾਂ ਵਾਇਆ ਕਰਾਚੀ ਜਾਣਾ ਪਏਗਾ, ਮਤਲਬ ਕਿ ਕਰਤਾਰਪੁਰ ਜਿਹੜਾ ਕੋਰੀਡੋਰ ਆ ਉੱਥੋਂ ਜਿਹੜੇ ਆ ਸਿਟੀਜ਼ਨ ਨਹੀਂ ਜਾ ਸਕਦੇ। ਬਹੁਤ ਕਲੀਅਰ ਹੈ ਕਿ ਇਹ ਭਾਰਤੀ ਜਿਹੜੇ ਲੋਕ ਨੇ ਜਾਂ ਭਾਰਤ ਦੇ ਪਾਸਪੋਰਟ ਵਾਲੇ ਲੋਕ ਨੇ ਉਹਨਾਂ ਵਾਸਤੇ ਇਹ ਕੋਰੀਡੋਰ ਖੋਲ੍ਹਿਆ ਗਿਆ। ਦੋਹਰੀ ਨਾਗਰਿਕਤਾ ਵਾਲੇ ਜਿਹੜੇ ਆ ਉਹ ਵੀ ਇਸ ਰਸਤੇ ਤੋਂ ਜਾ ਸਕਦੇ ਨੇ। ਸੋ ਫੋਨ ਨੰਬਰ ਉਹਨਾਂ ਦੀ ਵੈਬਸਾਈਟ 'ਤੇ ਹੈਗਾ, ਪਹਿਲਾਂ ਫੋਨ ਕਰਕੇ ਤੁਸੀਂ ਪਤਾ ਕਰ ਸਕਦੇ ਹੋ, ਹਰ ਜਾਣਕਾਰੀ ਜੋ ਚਾਹੋ ਉਹਨਾਂ ਕੋਲੋਂ ਲੈ ਸਕਦੇ ਹੋ। ਹੁਣ ਗੱਲ ਕਰੀਏ, ਕੁਛ ਹੋ ਸਕਦਾ ਇਹਨਾਂ ਕਾਰਨਾਂ ਕਰਕੇ ਜਿਹੜੇ ਕਾਰਨ ਲੱਗਦੇ ਨੇ ਕਿ ਬਹੁਤ ਸਾਰੀ ਜਾਣਕਾਰੀ ਘੱਟ ਹੋਣ ਕਰਕੇ ਬਹੁਤ ਸਾਰੇ ਲੋਕ ਵਾਪਸ ਆ ਰਹੇ ਨੇ, ਬਹੁਤ ਸਾਰੇ ਲੋਕ ਜਾ ਨਹੀਂ ਪਾ ਰਹੇ, ਅਤੇ ਬਹੁਤ ਸਾਰੇ ਲੋਕਾਂ ਨੇ ਹਜੇ ਆਪਣੀ ਇਸ ਯਾਤਰਾ ਨੂੰ ਰੋਕ ਦਿੱਤਾ ਵੀ ਜਦ ਤੱਕ ਥੋੜ੍ਹੀ ਕਲੀਅਰ ਨਹੀਂ ਹੁੰਦੀ ਗੱਲਬਾਤ ਉਦੋਂ ਤੱਕ ਆਪਾਂ ਯਾਤਰਾ ਨਹੀਂ ਕਰਦੇ। ਔਰ ਲਗਭਗ 12 ਦਿਨ ਦਾ ਪ੍ਰੋਸੀਜਰ ਹੈਗਾ, ਲਗਭਗ ਤੁਸੀਂ ਇਹ ਮੰਨ ਕੇ ਚੱਲੋ 2 ਹਫ਼ਤੇ ਦਾ, ਕਿ ਤੁਸੀਂ ਡੇਟ ਜਦੋਂ ਪਾਉਂਦੇ ਹੋ ਉਹਦੇ 'ਚ ਆਪਸ਼ਨ ਆਉਂਦੀ ਹੈ ਕਿਹੜੀ ਡੇਟ ਨੂੰ ਤੁਸੀਂ ਜਾਣਾ ਚਾਹੁੰਦੇ ਹੋ, ਡੇਟ ਪਾਉਂਦੇ ਤਾਂ ਉਦੋਂ ਬਾਅਦ ਫਿਰ ਘਰੇ ਤੱਕ ਵੈਰੀਫਿਕੇਸ਼ਨ ਹੁੰਦੀ ਹੈ, ਘਰੋਂ ਵੈਰੀਫਿਕੇਸ਼ਨ ਆ ਕੇ ਉਸ ਤੋਂ ਬਾਅਦ ਤੁਹਾਨੂੰ ਈਮੇਲ ਜਾਂ ਫਿਰ ਕਨਫਰਮੇਸ਼ਨ ਜਿਹੜੀ ਆ ਉਹ ਆਉਂਦੀ ਹੈ, ਫਿਰ ਆਪਾਂ ਜਾ ਸਕਦੇ ਹਾਂ। ਸੋ ਸ਼ਾਇਦ ਇਸੇ ਕਰਕੇ ਇਸ ਕਰਤਾਰਪੁਰ ਲਾਂਘੇ ਤੋਂ ਸੰਗਤਾਂ ਦੀ ਜਿਹੜੀ ਹੈ ਜਾਣਾ ਆਉਣਾ ਬਹੁਤ ਘੱਟ ਹੈ, ਉਮੀਦ ਤੋਂ ਕਾਫੀ ਘੱਟ ਹੈ 3-4 ਦਿਨਾਂ ਦਾ। 5,000 ਦੀ ਉਹਨਾਂ ਨੇ ਰੱਖੀ ਸੀਗੀ, ਘੱਟੋ ਘੱਟ 5,000 ਤੱਕ ਲੋਕ ਇੱਕ ਦਿਨ 'ਚ ਜਾ ਸਕਦੇ ਨੇ, ਪਰ ਜਿਹੜੇ ਉਹ 300-400 ਹੀ ਅਜੇ ਜਾ ਰਹੇ ਨੇ, 400-500 ਜਾਂ ਤਾਂ ਉਹਨਾਂ ਨੂੰ ਜਿਹੜੇ ਕੋਈ ਪ੍ਰੋਪਰ ਰਜਿਸਟ੍ਰੇਸ਼ਨ ਹੈਗੀ ਹੈ ਜਾਂ ਪ੍ਰੋਪਰ ਜਿਹਨਾਂ ਗੱਲਬਾਤ ਹੈਗੀ ਆ ਉਹ ਜਿਹੜੇ ਆ ਉਹੀ ਹਜੇ ਜਾ ਰਹੇ ਹੈਗੇ ਆ। ਸੋ ਉਮੀਦ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਹੈਗਾ ਕਾਫੀ ਸੰਗਤ ਦਾ ਉੱਥੇ ਰਸ਼ ਰੌਣਕ ਮੇਲਾ ਕਾਫੀ ਹੋਏਗਾ। ਸੋ ਸ਼ੁਰੂ ਦੇ ਵਿੱਚ ਔਕੜਾਂ ਆਉਣੀਆਂ ਸੰਭਾਵਿਕ ਹੈਗੀਆਂ। ਹੁਣ ਗੱਲ ਕਰੀਏ ਇੱਕ ਹੋਰ ਖਬਰ ਜਿਹੜੀ ਹੈ ਇਸੇ ਨਾਲ ਹੀ ਸੰਬੰਧਿਤ ਹੈਗੀ ਹੈ, ਪਾਕਿਸਤਾਨ ਦੇ ਨਾਲ ਸੰਬੰਧਿਤ ਹੈਗੀ ਹੈ। ਬੜਾ ਵਾਵਰੋਲਾ ਉੱਠਿਆ ਸੀ ਉਸ ਖਬਰ ਦਾ ਕਿ 2 ਸਿੱਖ ਸ਼ਰਧਾਲੂ ਪਾਕਿਸਤਾਨ ਤੋਂ ਦਰਸ਼ਨਾਂ ਤੋਂ ਵਾਪਸੀ ਆਉਂਦੇ ਸਮੇਂ ਬਲਦੇਵ ਸਿੰਘ ਅਤੇ ਜਰਨੈਲ ਸਿੰਘ ਜੋ ਕਿ ਫਿਰੋਜ਼ਪੁਰ ਨਾਲ ਸੰਬੰਧਿਤ ਹੈਗੇ ਨੇ, ਜੋ ਕਿ ਭਾਈ ਮਰਦਾਨਾ ਜੀ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਜਿਹੜੀ ਹੈਗੀ ਆ ਉਹਦੇ ਵੱਲੋਂ ਗਏ ਸੀਗੇ ਪਾਕਿਸਤਾਨ, ਅਤੇ ਵਾਵਰੋਲਾ ਇਹ ਉੱਠਿਆ ਸੀਗਾ, ਰੌਲਾ ਇਹ ਪਿਆ ਸੀ ਜੋ ਕਿ ਪੂਰੀ ਦੁਨੀਆ ਤੱਕ ਇੱਕ ਵਾਰੀ ਪਹੁੰਚ ਗਿਆ ਕਿ ਉਹਨਾਂ ਕੋਲੋਂ ਆਉਂਦੇ ਹੋਏ 600 ਗ੍ਰਾਮ ਫੀਮ ਫੜੀ ਗਈ। ਔਰ ਇੱਕਦਮ ਮੈਂ ਵੀ ਹਿੱਲ ਗਿਆ ਜਮੀ ਵੀ ਜੇ ਇਹ ਹਾਲ ਹੈ ਤਾਂ ਇਹਦੇ ਨਾਲ ਸੁਭਾਵਿਕ ਹੈਗਾ ਵੀ ਜਿਹੜੇ ਬਾਕੀ ਹੋਰ ਜਾਣ ਆਉਣ ਵਾਲੇ ਨੇ ਉਹਨਾਂ ਨੂੰ ਵੀ ਅਸਰ ਪਏਗਾ, ਉਹਨਾਂ ਦੀ ਚੈਕਿੰਗ ਜ਼ਿਆਦਾ ਹੋਏਗੀ। ਬਹੁਤ ਗੱਲ ਉੱਡੀ ਸੀਗੀ, ਬੜਾ ਦੁੱਖ ਵੀ ਹੋਇਆ ਸੀ ਇਹ ਖਬਰ ਪੜ੍ਹ ਕੇ, ਪਰ ਜਿਹੜੀ ਅਪਡੇਟ ਖਬਰ ਇਹ ਹੈ ਕਿ ਉਹਨਾਂ ਕੋਲੋਂ ਫੀਮ ਨਹੀਂ ਸੀਗੀ। BSF ਨੇ, ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਹੈਗੀ ਆ, ਉਹਨਾਂ ਨੇ ਕਲੀਅਰ ਕੀਤਾ ਕਿ ਉਹ ਸ਼ਿਲਾਜੀਤ ਉਹਨਾਂ ਕੋਲੋਂ 600 ਗ੍ਰਾਮ ਬਰਾਮਦ ਹੋਈ ਆ ਅਤੇ ਉਹਨਾਂ ਨੂੰ ਛੱਡ ਦਿੱਤਾ ਗਿਆ, ਜਦਕਿ ਪਹਿਲਾਂ ਸਾਨੂੰ ਵੀ ਇਹ ਲੱਗਦਾ ਸੀ, ਪੂਰੀ ਦੁਨੀਆ 'ਚ ਬੈਠੇ ਸਾਡੇ ਜਿਹੜੀ ਹੋਰ ਸੰਗਤ ਹੈਗੀ ਆ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਨਾਮ ਲੇਵਾ ਸੰਗਤ, ਸਭ ਨੂੰ ਇਹ ਲੱਗਦਾ ਸੀ ਵੀ ਅਗਰ ਇਹ ਚੀਜ਼ ਵਾਪਰੀ ਹੈ ਉਹਨਾਂ ਕੋਲੋਂ ਇਹ ਅਫੀਮ ਨਿਕਲੀ ਹੈ ਤਾਂ ਬੜੀ ਮੰਦਭਾਗੀ ਖਬਰ ਹੈ, ਪਰ ਚੰਗੀ ਖਬਰ ਇਹ ਹੈ ਕਿ ਉਹ ਉਹਨਾਂ ਨੂੰ ਗਲਤ ਫਹਿਮੀ ਹੋਈ ਸੀ, ਉਹਨਾਂ ਨੂੰ ਛੱਡ ਦਿੱਤਾ ਗਿਆ। ਅਗਲੀ ਖਬਰ ਜਿਹੜੀ ਇੱਕ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ, ਜਿਹੜੀ ਸੁਰਾਂ ਦੀ ਸਹਿਜਾਦੀ, ਸੁਰਾਂ ਦੀ ਮਲਕਾ ਜਿਹਨਾਂ ਨੂੰ ਕਿਹਾ ਜਾਂਦਾ ਲਤਾ ਮੰਗੇਸ਼ਕਰ, ਉਹਨਾਂ ਦੀ ਤਬੀਅਤ ਕਹਿੰਦੇ ਕਾਫੀ ਖਰਾਬ ਹੈਗੀ ਆ। ਉਹਨਾਂ ਦੇ ਫੇਸਬੁੱਕ ਪੇਜ ਤੋਂ ਅਪਡੇਟ ਇਹ ਹੈ ਕਿ ਉਹਨਾਂ ਦੀ ਤਬੀਅਤ ਸਟੇਬਲ ਹੈ, ਪਰ ਸਾਡੇ ਕੁਛ 1-2 ਫੇਸਬੁੱਕ ਵਾਲਿਆਂ ਨੇ ਇਹ ਖਬਰ ਫੈਲਾਤੀ ਹੈ, ਜਿਵੇਂ ਪਹਿਲਾਂ ਬਹੁਤ ਸਾਰੇ ਕਲਾਕਾਰਾਂ ਬਾਰੇ ਫੈਲਾਉਂਦੇ ਆ ਕਿ ਉਹ ਨਹੀਂ ਰਹੇ, ਪਰਮਾਤਮਾ ਉਹਨਾਂ ਨੂੰ, ਖਬਰ ਇਹ ਹੈਗੀ ਹੈ ਸੋਸ਼ਲ ਮੀਡੀਆ ਦੀ ਜੋ ਕਿ ਸੱਚੀ ਨਹੀਂ ਹੈ। ਮੈਂ ਸਮਝਦਾ, ਮੇਰਾ ਦਿਲ ਕਹਿੰਦਾ ਕਿ ਖਬਰ ਸੱਚੀ ਨਹੀਂ ਹੈ, ਔਰ ਸੱਚੀ ਨਾ ਹੀ ਹੋਵੇ ਤਾਂ ਚੰਗਾ,
ਖਬਰ ਇਹ ਹੈ ਕਿ ਉਹ ਸੋਸ਼ਲ ਮੀਡੀਆ ਦੀ ਕਿ ਉਹ ਨਹੀਂ ਰਹੇ, ਪਰ ਜਿਹੜੀ ਲਤਾ ਮੰਗੇਸ਼ਕਰ ਜੀ ਦਾ ਫੇਸਬੁੱਕ ਪੇਜ ਹੈ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਹਾਲਤ ਸਟੇਬਲ ਹੈ, ਸਥਿਰ ਹੈ ਔਰ ਥੋੜ੍ਹਾ ਬਹੁਤ ਸੁਧਾਰ ਹੋ ਰਿਹਾ ਹੈ। ਚਲੋ ਬਾਕੀ ਪਰਮਾਤਮਾ ਭਲੀ ਕਰੇ। ਤੁਹਾਡੇ ਕੋਲ ਕੋਈ ਅਪਡੇਟ ਹੋਵੇ ਤਾਂ ਤੁਸੀਂ ਜ਼ਰੂਰ ਸਾਂਝੀ ਕਰਿਓ। ਤਾਂ ਹੁਣ ਚੱਲਦੇ ਹਾਂ ਜੀ ਅੱਜ ਦੇ ਵਿਸ਼ੇ ਵੱਲ। ਵਿਸ਼ਾ ਇੱਕ ਐਸਾ, ਮੈਂ ਜੋ ਦਵਿੰਦਰ ਨਾਲ ਸਾਂਝਾ ਕੀਤਾ ਵੀ ਯਾਰ ਇੱਦਾਂ ਦਾ ਵਿਸ਼ਾ ਮੈਂ ਰੱਖਣਾ ਚਾਹੁੰਦਾ, ਉਹ ਕਹਿੰਦਾ ਵੀ ਚੰਗੀ ਗੱਲ ਆ, ਇਹ ਰੱਖਣਾ ਚਾਹੀਦਾ ਵੀ ਆਪਾਂ ਇਹੋ ਜਿਹਾ ਰੱਖਿਆ ਵੀ ਨਹੀਂ ਕਦੇ, 5-6 ਸਾਲ ਹੋ ਗਏ। ਇੱਕ ਸਿਆਣੇ ਕਹਿੰਦੇ ਆ ਵੀ ਕੋਈ ਮਾੜਾ ਟਾਈਮ ਆਇਆ ਤਾਂ ਉਹਨੂੰ ਹਮੇਸ਼ਾ ਕਹਿੰਦੇ ਵੀ ਭੁੱਲ ਜਾ ਯਾਰ ਇਹਨੂੰ, ਜਿਵੇਂ ਕਿ ਸਾਡੇ ਲੀਡਰ ਹਜੇ ਤੱਕ ਕਹਿ ਰਹੇ ਨੇ ਜਿਹੜੇ ਕਿ ਸੈਂਟਰ ਦੇ ਲੀਡਰ ਨੇ ਕਿ 1984 ਨੂੰ ਭੁੱਲ ਜਾਓ, ਜਦਕਿ ਇਹੋ ਜਿਹੀ ਚੀਜ਼ਾਂ ਭੁੱਲਣੀਆਂ ਬਹੁਤ ਔਖੀਆਂ ਹੁੰਦੀਆਂ। ਪਰ ਦੂਜੀ ਗੱਲ ਇਹ ਵੀ ਕਹਿੰਦੇ ਸਿਆਣੇ ਕਿ ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜਾਂਦਾ, ਵੱਡੇ ਤੋਂ ਵੱਡੇ ਹਾਦਸੇ ਜਿਹੜੇ ਨੇ ਉਹ ਸਮੇਂ ਦੀ ਜਿਹੜੀ ਮਹਰਮ ਹੈ ਉਹ ਜ਼ਖਮ ਭਰ ਦਿੰਦੀ ਹੈ। ਵੈਸੇ ਤਾਂ ਕਹਿੰਦੇ ਵੀ ਭੁੱਲਣਾ ਔਖਾ ਹੀ ਹੁੰਦਾ, ਪਹਿਲੇ ਸਮੇਂ ਦੀ ਗੱਲ ਕਰਦੇ ਸੀ, ਹੀਰ ਰਾਂਝਾ ਦੀ ਗੱਲ ਕਰੀਏ ਚਲੋ ਇੱਧਰਲੇ ਪਾਸੇ ਥੋੜ੍ਹਾ, ਅਤੇ ਕਹਿੰਦੇ ਵੀ ਨਹੀਂ ਭੁੱਲ ਸਕਦੇ ਸੀਗੇ ਵੀ ਹੀਰ ਨੇ ਫਿਰ ਉਹਨੇ ਰਾਂਝੇ ਨੇ ਕੰਨ ਪੜਵਾ ਲਏ, ਉਹ ਸਾਰਾ ਕੁਛ ਆਪਾਂ ਕਹਾਣੀਆਂ ਅੱਗੇ ਕਿਸੇ ਤੁਹਾਡੇ ਨਾਲ ਸਾਂਝੇ ਕਰੀਦੇ ਆ, ਮਿਰਜ਼ੇ ਨੇ ਕੀ ਕੁਛ ਕੀਤਾ, ਵੀ ਨਹੀਂ ਭੁੱਲ ਹੁੰਦਾ ਭਾਈ, ਅੱਡ ਹੋਇਆ ਬੰਦਾ। ਉਹ ਪਹਿਲੇ ਸਮੇਂ ਦੀ ਗੱਲ ਹੈ, ਇਸ਼ਕ ਸੱਚੇ ਹੁੰਦੇ ਸੀ ਉਦੋਂ, ਅੱਜ ਕੱਲ੍ਹ ਤਾਂ ਮਤਲਬ ਭੁੱਲਣ ਦੀ ਜੇ ਗੱਲ ਕਰੀਏ, ਇਸ ਭੁੱਲਣ ਦੀ ਗੱਲ ਕਰੀਏ ਤਾਂ ਮੁੰਡੇ ਪੰਜਾਬ ਦੇ ਵਿੱਚ ਮੋਟਰਸਾਈਕਲ ਲੈ ਕੇ ਬੁਲਟ ਕੁੜੀਆਂ ਦੇ ਮਗਰ ਕਨੈਟਿਕ ਦੇ ਪਿੱਛੇ ਜਾ ਰਹੇ ਨੇ, ਐਕਟਿਵਾ ਦੇ ਪਿੱਛੇ ਜਾ ਰਹੇ ਨੇ, ਅਤੇ ਕੁੜੀਆਂ ਨੂੰ ਵੀ ਇਹ ਲੱਗਦਾ ਕਿ ਉਹਨਾਂ 'ਚ ਕੋਈ ਖਾਸ ਗੱਲਬਾਤ ਹੈ ਅਤੇ ਤਾਂ ਹੀ ਪਿੱਛੇ ਆ ਰਹੇ ਨੇ। ਉਸ ਤੋਂ ਬਾਅਦ ਕੁੜੀਆਂ ਅੱਗੇ ਲੰਘ ਜਾਂਦੀਆਂ, ਆਪਣੇ ਘਰੇ ਵੜ ਜਾਂਦੀਆਂ, ਮੁੰਡੇ ਗਾਂਹ ਲੰਘ ਜਾਂਦੇ ਆ, ਅਤੇ ਜਾ ਕੇ ਸ਼ੀਸ਼ੇ ਵਿੱਚ ਵੀ, ਮੈਂ ਸਾਰੀਆਂ ਕੁੜੀਆਂ ਦੀ ਗੱਲ ਨਹੀਂ ਕਰਦਾ, ਆਪ ਸ਼ੁਗਲ ਦੇ ਤੌਰ 'ਤੇ ਗੱਲ ਕਰ ਰਹੇ, ਸ਼ੀਸ਼ੇ ਦੇ ਵਿੱਚ ਵੀ ਬਹੁਤ ਸਾਰੀ ਕੁੜੀ ਦੇਖਦੀ, ਆਹ ਕਿਆ ਬਾਤ ਹੈ। ਪਰ ਇਹ ਨਹੀਂ ਪਤਾ ਉਹ ਮੁੰਡੇ ਜਿਹੜੇ ਸੀ ਉਹ ਤਾਂ ਅਗਲੇ ਮੋੜ 'ਤੇ ਜਾ ਕੇ ਉਹਨੂੰ ਭੁੱਲ ਗਿਆ, ਤਾਂ ਦੂਜੀ ਮਗਰ ਲੱਗ ਗਿਆ। ਸਾਡੇ ਪੰਜਾਬ ਦੇ ਇਹ ਹਾਲਾਤ ਹੈਗੇ ਆ। ਸੋ ਭੁੱਲਣ ਦੀ ਗੱਲ ਜਿਹੜੀ ਹੈਗੀ ਆ, ਭੁੱਲਣ ਭੁਲਾਉਣ ਦੀ ਗੱਲ ਕਰਨੀ ਹੈ। ਭੁੱਲਣ ਭੁਲਾਉਣ ਦਾ ਕੀ ਭੁੱਲਣ ਭੁਲਾਉਣ ਹੈਗਾ, ਕਹਿੰਦੇ ਭੁੱਲ ਭੁਲੱਈਆ, ਵੈਸੇ ਜ਼ਿੰਦਗੀ ਇੱਕ ਭੁੱਲ ਭੁਲੱਈਆ ਹੈਗੀ ਆ, ਅਤੇ ਆਪਾਂ ਜਿਹੜੀ ਗੱਲ ਕਰਨੀ, ਇੱਕ ਭੁੱਲਣ ਦੀ ਸਮੱਸਿਆ ਸਾਨੂੰ ਵੀ ਹੈਗੀ ਆ। ਪਹਿਲਾਂ ਇਹ ਕਿਹਾ ਜਾਂਦਾ ਸੀ ਵੀ ਜਦੋਂ ਬੰਦਾ ਭੁੱਲਣ ਲੱਗ ਜਾਏ ਨਾ ਤਾਂ ਉਹ ਬੁਢਾਪਾ ਆ ਗਿਆ, ਅਤੇ ਮੈਂ ਇਹ ਤਾਂ ਰੱਖਿਆ ਵਿਸ਼ਾ, ਮੈਂ ਹੁਣ ਜਦੋਂ ਐਲੇ ਗਏ, ਸਾਡੀ ਟੀਮ ਆਈ ਹੋਈ ਸੀਗੀ ਅਤੇ ਮੈਂ ਐਲੇ ਤੱਕ ਨਾਲ ਗਿਆ ਸੀਗਾ, ਅਤੇ ਮੈਂ ਨਾ ਮੈਂ ਭੁੱਲ ਗਿਆ। ਪਹਿਲੀ ਵਾਰ ਜ਼ਿੰਦਗੀ 'ਚ ਤਕਰੀਬਨ ਇੱਦਾਂ ਹੋਇਆ ਵੀ ਮੈਂ ਉਹ ਜਿਹੜੀ ਬ੍ਰਸ਼ ਵਗੈਰਾ ਦੀ ਕਿੱਟ ਹੁੰਦੀ ਉਹ ਮੈਂ ਭੁੱਲ ਗਿਆ ਲਿਆਣੀ, ਅਤੇ ਮੈਂ ਕਿਹਾ ਵੀ ਯਾਰ ਕੀ ਹੋ ਗਿਆ। ਫਿਰ ਮੈਂ ਉਹ ਪੜ੍ਹਿਆ ਸਾਠਾ ਔਰ ਸਾਠਾ ਤੋਂ ਬਾਠਾ, ਐਸਾ ਕੁਛ ਕਹਾਵਤ ਜੀ ਹੈਗੀ ਆ ਹਰਿਆਣੇ ਦੀ, ਸਾਠਾ ਤੋਂ ਬਾਠਾ। ਫਿਰ ਮੈਂ ਸੋਚਿਆ ਵੀ ਕਿਤੇ ਉਹ ਗੱਲ ਤਾਂ ਨਹੀਂ ਵੀ ਬੁਢਾਪੇ ਬੁਢੂਪੇ ਵਾਲੀ ਗੱਲ ਆ ਗਈ ਹੋਵੇ ਵੀ ਜਿਹੜੀ ਚੀਜ਼ਾਂ ਭੁੱਲਣ ਲੱਗ ਪਿਆ। ਮੈਨੂੰ ਬਾਅਦ ਜੋ ਸੋਚਿਆ ਨਹੀਂ ਬੁਢਾਪਾ ਤਾਂ ਜੀ ਹਜੇ 40-50 ਸਾਲ ਪਿਆ, ਉਹ ਟਾਈਮ ਉਹਨੂੰ 40-50 ਸਾਲ ਪਏ ਆ, ਇਹ ਮੈਂ ਵੈਸੇ ਹੀ ਭੁੱਲ ਗਿਆ ਸੀ। ਚਲੋ ਭੁੱਲਣ ਦੀ ਗੱਲ ਕਰੀਏ, ਇਹ ਇੱਕ ਸਮੱਸਿਆ ਆਮ ਸਾਡੇ ਸਮਾਜ ਦੀ, ਸਾਡੀ ਆਮ ਸਮੱਸਿਆ ਇੱਕ ਬਣ ਚੁੱਕੀ ਹੈ। ਪਹਿਲਾਂ ਜਿਹੜਾ ਕਹਿੰਦੇ ਸੀ ਵੀ ਸਾਠਾ ਤੋਂ ਬਾਠਾ, ਹੁਣ ਤਾਂ ਨਿਆਣੇ ਜਿਹੜੇ ਨੇ ਉਹ ਜ਼ਿਆਦਾ ਭੁੱਲਦੇ ਨੇ ਚੀਜ਼ਾਂ ਗੱਲਾਂ। ਔਰ ਨਿਆਣੇ ਇੱਥੋਂ ਤੱਕ ਹੈਗੇ, ਪੰਜਾਬ ਦੀ ਗੱਲ ਕਰੀਏ, ਸਾਡੇ ਇੱਕ ਜਵਾਕ ਹੁੰਦਾ ਸੀ ਮੁੰਡਾ, ਉਹਨੂੰ ਜੇ ਦਹੀਂ ਲੈਣ ਭੇਜਣੇ ਪ੍ਰਾਹੁਣੇ ਘਰ ਆਏ ਜਾਂ ਦੁਕਾਨ ਤੋਂ ਦਹੀਂ ਫਾੜਿਆ 44 ਸੈਕਟਰ ਚੰਡੀਗੜ੍ਹੋਂ, ਤਾਂ ਦਹੀਂ ਲੈਣ ਕੇ ਭੁੱਲ ਜਾਂਦਾ ਹੁੰਦਾ ਸੀ ਮੈਂ ਕੀ ਲੈਣ ਆਇਆ। ਉੱਥੇ ਜੇ ਕਿਸੇ ਨੇ ਗੱਲੀ ਲੱਗ ਜਾਣਾ ਅਤੇ ਘਰਦਿਆਂ ਨੇ ਦਹੀਂ ਡਿੱਕੀ ਜਾਣਾ, ਅਤੇ ਉਹਨੇ ਉੱਥੇ ਗੱਲੀ ਲੱਗ ਜਾਣਾ ਜਾ ਕੇ, ਮਗਰ ਜਵਾਕ ਦੂਜਾ ਭੇਜਣਾ, ਫੋਨ ਉਦੋਂ ਹੁੰਦੇ ਨਹੀਂ ਸੀਗੇ, ਦੂਜਾ ਜਵਾਕ ਭੇਜਣਾ ਵੀ ਦੇਖ ਕੇ, ਤਾਂ ਉਹ ਕਹਿਣਾ ਮੈਂ ਭੁੱਲ ਗਿਆ ਯਾਰ, ਉਹ ਆ ਗਿਆ ਕੀ ਲੈਣਾ ਸੀ, ਮੈਂ ਦਹੀਂ, ਹਾਂ ਦਹੀਂ ਲੈ ਕੇ ਤਾਂ ਫਟਾਫਟ ਘਰ ਨੂੰ ਆਉਣਾ। ਇਹ ਚੀਜ਼ ਇੱਕ ਭੁੱਲਣ ਦੀ ਸਮੱਸਿਆ ਸਾਡੀ ਆਮ ਹੋ ਗਈ ਹੈ। ਕਈ ਬੰਦੇ ਜਾਣ ਕੇ ਭੁੱਲ ਜਾਣਾ, ਸਾਡੇ ਇਹ ਵੀ ਚੰਡੀਗੜ੍ਹ ਦੀ ਗੱਲ, ਅਸੀਂ 20 ਸੈਕਟਰ ਰਹਿੰਦੇ ਸੀਗੇ, ਖੈਰ ਉਹਨੂੰ ਭੁਗਤਣਾ ਬਹੁਤ ਪਿਆ ਸੀ ਇਹ ਭੁੱਲ ਕਰਕੇ, ਇਹ ਭੁੱਲਣ ਕਰਕੇ। ਉਹ ਸਕੂਟਰ 'ਤੇ ਸੀਗਾ ਬੰਦਾ, ਨਾਲ ਉਹਦੀ ਵਾਈਫ ਸੀ, ਘਰ ਦੇ ਬਾਹਰ ਖੜ੍ਹ ਕੇ ਗੇਟ 'ਤੇ ਗੱਲ ਗੁੱਲ ਕਰਨ ਲੱਗ ਪਿਆ, ਉਹਨੇ ਉਹਦੇ ਮੋਢੇ 'ਤੇ ਹੱਥ ਰੱਖਿਆ ਖੜ੍ਹੇ 'ਤੇ ਵੀ ਤੁਰਨ ਲੱਗੇ ਆ, ਉਹ ਤੋਂ ਹਜੇ ਬੈਠੀ ਹੈ ਨਹੀਂ ਸੀਗੀ, ਮੋਢੇ ਤੋਂ ਹੱਥ ਚੱਕ ਕੇ ਉਹ ਫੇਰ ਗੱਲ ਹੀ ਲੱਗ ਗਈ, ਤਾਂ ਉਹਨੇ ਸਕੂਟਰ ਤੋੜ ਲਿਆ ਬੰਦੇ ਨੇ। ਸਕੂਟਰ ਤੋੜ ਕੇ ਘਰੋਂ ਮੁੜ ਕੇ ਆਇਆ ਤਾਂ ਮੁੜ ਕੇ ਕੱਚਾ ਜਿਹਾ ਹੋ ਗਿਆ ਵੀ ਮੈਂ ਭੁੱਲ ਗਿਆ ਸੀਗਾ। ਵੀ ਉਹਨੂੰ ਫਿਰ ਇਹ ਪੁੱਛਿਆ ਵੀ ਭਾਈ ਸਾਹਿਬ ਜਾਣ ਬੁੱਝ ਕੇ ਤਾਂ ਨਹੀਂ ਭੁੱਲ ਗਏ ਸੀਗੇ, ਵੀ ਜਾਣ ਉਹਨੇ ਨਹੀਂ ਕਹਿੰਦਾ ਜਾਣ ਬੁੱਝ ਕੇ ਭੁੱਲਣਾ ਹੁੰਦਾ, ਕਿਤੇ ਹੋਰ ਭੁੱਲਦੇ, ਇੱਥੇ ਥੋੜ੍ਹੀ ਭੁੱਲਦੇ ਆਪਾਂ। ਇਹ ਵੀ ਭੁੱਲਣ ਦੀ ਆਦਤ ਜਿਹੜੀ ਹੈਗੀ ਬੜੀ ਵੱਡੀ ਹੈਗੀ ਆ। ਉਦੋਂ ਬਾਅਦ ਇੱਕ ਕੋਈ ਬੰਦਾ ਡਾਕਟਰ ਦੇ ਗਿਆ ਅਤੇ ਡਾਕਟਰ ਨੇ ਗੱਲਾਂ ਬਾਤਾਂ ਕੀਤੀਆਂ, ਦੋਸਤ ਸੀਗਾ, ਬੈਠੋ ਪਾਣੀ ਪੂਣੀ ਪਿਆਇਆ, ਵਿਹਲਾ ਸੀ ਡਾਕਟਰ, ਮੇਰੀ ਕੋਈ ਹੈ ਨਹੀਂ ਸੀ, ਪਾਣੀ ਪੂਣੀ ਪਿਆ, ਚਾਹ ਚੂਹ ਵੀ ਪੀ ਲਈ, 15-20 ਮਿੰਟ ਪਿਆ ਬੈਠੇ ਬੁੱਠੇ ਰਹੇ, ਤਾਂ ਮੁੜ ਕੇ ਡਾਕਟਰ ਨੇ ਪੁੱਛਿਆ ਵੀ ਹੋਰ ਸੁਣਾਓ ਭਾਈ ਸਾਹਿਬ, ਭਰਜਾਈ ਦਾ ਕੀ ਹਾਲ ਹੈ? ਅਤੇ ਬੰਦੇ ਦਾ ਅੱਗੇ ਜਵਾਬ ਸੀ, ਓਹੋ ਡਾਕਟਰ ਸਾਹਿਬ ਮੈਂ ਤਾਂ ਭੁੱਲ ਗਿਆ, ਉਹਨੂੰ ਤਾਂ ਹਾਰਟ ਅਟੈਕ ਹੋਇਆ, ਮੈਂ ਤੁਹਾਨੂੰ ਲੈਣ ਆਇਆ ਸੀ, ਮੈਂ ਭੁੱਲ ਗਿਆ। ਅੱਛਾ, ਇਹ ਨਹੀਂ ਪਤਾ ਵੀ ਹਾਰਟ ਅਟੈਕ ਹੋਇਆ, ਉਹਨੂੰ ਲੈਣ ਆਇਆ ਸੀ, ਜਾਣ ਕੇ ਭੁੱਲਿਆ ਵੀ ਸ਼ਾਇਦ ਥੋੜ੍ਹਾ ਕੰਮ ਜਿਹਾ ਹੋਰ ਵੀ, ਫੇਰ ਹੀ ਲੈ ਕੇ ਜਾਈਏ ਡਾਕਟਰ ਨੂੰ। ਇਹ ਭੁੱਲਣ ਦੀਆਂ ਗੱਲਾਂ ਆਮ ਜਿਹੜੀਆਂ ਹੈਗੀਆਂ,
ਐ ਕੋਈ ਬੰਦੇ ਨੂੰ ਲੈਂਦੀ ਭੁੱਲਣ ਦੀ ਆਦਤ ਬਹੁਤ ਸੀਗੀ, ਬਹੁਤ ਜ਼ਿਆਦਾ ਭੁੱਲਦਾ ਸੀ ਵੀ ਦਵਾਈ ਕਿਸੇ ਡਾਕਟਰ ਤੋਂ ਲੈਤੀ। ਇਹ ਯਾਦਾਸ਼ਤ ਵਾਲੀ ਦਵਾਈ ਹੈਗੀ ਆ ਵੀ ਇਹਨੂੰ ਖਾ ਅਤੇ ਤੂੰ ਠੀਕ ਹੋ ਜਾਏਗਾ। ਮਹੀਨੇ ਕੁ ਬਾਅਦ ਡਾਕਟਰ ਨੇ ਪੁੱਛਿਆ ਵੀ ਕੀ ਕਿੱਦਾਂ ਫਿਰ ਬਈ ਫਰਕ ਪਿਆ ਕੋਈ ਯਾਦਾਸ਼ਤ ਨੂੰ? ਉਹ ਕਹਿੰਦਾ ਜੀ ਕੀ ਕਰਾਂ ਕੋਈ ਫਰਕ ਨਹੀਂ ਪਿਆ। ਕਹਿੰਦਾ ਜੀ ਫਰਕ ਕਿਉਂ ਨਹੀਂ ਪਿਆ? ਕਹਿੰਦਾ ਜੀ ਅਸਲ 'ਚ ਮੈਂ ਦਵਾਈ ਖਾਣੀ ਭੁੱਲ ਜਾਂਦਾ, ਯਾਦਾਸ਼ਤ ਦੀ ਦਵਾਈ। ਇੱਕ ਫਿਲਮ ਦੇ ਵਿੱਚ ਮੇਹਰ ਮਿੱਤਲ ਵੀ ਗੱਲ ਕਰਦਾ ਯਾਦਾਸ਼ਤ ਦੀ, ਭੁੱਲਣ ਦੀ ਗੱਲ ਕਰਦਾ, ਅਤੇ ਉਹ ਕੋਈ ਐਡਰੈਸ ਦਿੰਦੇ ਆ ਅਤੇ ਉਹ ਕਹਿੰਦਾ ਵੀ ਯਾਦ ਰਹਿ ਜੂ ਤੈਨੂੰ ਜਿੱਥੇ ਚੱਲਿਆ, ਭੁੱਲ ਨਾ ਜਾਈ, ਯਾਦ ਰਹਿ ਜੂ। ਉਹ ਕਹਿੰਦਾ ਨਹੀਂ 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 ਐਸੀ ਗੱਲ ਨਹੀਂ, ਮੈਨੂੰ ਯਾਦ ਰਹਿ ਜੂ ਜੀ, ਮੈਨੂੰ ਦੋ ਹੀ ਚੀਜ਼ਾਂ ਦਿੱਤੀਆਂ ਰੱਬ ਨੇ। ਉਹ ਕਹਿੰਦੇ ਜੀ ਕਿਹੜੀਆਂ? ਉਹ ਕਹਿੰਦਾ ਜੀ ਇੱਕ ਚੰਗੀ ਯਾਦਾਸ਼ਤ, ਅਤੇ ਉਹ ਕਹਿੰਦੇ ਦੂਜੀ ਕਹਿੰਦਾ ਯਾਰ ਮੈਂ ਭੁੱਲ ਗਿਆ। ਅਤੇ ਫਿਰ ਯਾਦਾਸ਼ਤ ਕਿਹੜੀ ਹੋ ਸਕਦੀ ਹੈ? ਇੱਕ ਭੁੱਲਣ ਦੀ ਜਿਹੜੀ ਗੱਲ ਹੈਗੀ ਆ ਉਹ ਇਹ ਹੈ, ਸਮੱਸਿਆ ਇਹ ਹੈਗੀ ਆ, ਇਹ ਇੱਕ ਮੇਰੇ ਖਿਆਲ ਨਾਲ ਬਿਮਾਰੀ ਨਹੀਂ ਹੈ। ਵੈਸੇ ਮੈਂ ਡਾਕਟਰ ਨਾਲ ਵੀ ਕੰਸਲਟ ਕੀਤਾ ਸੀ, ਪੁੱਛਿਆ ਸੀ ਵੀ ਇਹ ਕਿੱਦਾਂ ਕਿਉਂ ਭੁੱਲ ਜਾਂਦੇ ਆਪਾਂ। ਉਹਨੇ ਵੀ ਦੱਸਿਆ ਸੀ, ਕੋਈ ਆਯੁਰਵੈਦਿਕ ਸੀ, ਉਹਨੂੰ ਦੱਸਿਆ ਵੀ ਸਾਡੇ ਦਿਮਾਗ ਦੇ ਵਿੱਚ ਇੱਦਾਂ ਇੱਦਾਂ 3-4 ਚੀਜ਼ਾਂ ਹੁੰਦੀਆਂ, ਕੋਈ ਇੱਕ ਅੱਧੀ ਸੌਂ ਜਾਂਦੀ ਹੈ ਜਾਂ ਮਤਲਬ ਕਿ ਰੈਸਟ ਕਰਨ ਲੱਗ ਪੈਂਦੀ, ਉਦੋਂ ਬੰਦਾ ਭੁੱਲ ਜਾਂਦਾ। ਪਰ ਮੇਰੇ ਹਿਸਾਬ ਦੇ ਨਾਲ ਜਿਹੜਾ ਬੰਦਾ ਜ਼ਿਆਦਾ ਬਿਜ਼ੀ ਹੋਊਗਾ ਉਹ ਭੁੱਲੂਗਾ, ਜਾਂ ਜਿਹੜਾ ਜਮਾਂ ਵਿਹਲਾ ਹੋਊਗਾ ਉਹ ਭੁੱਲੂਗਾ। ਅਕਸਰ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਇੱਥੋਂ ਤੱਕ ਭੁੱਲ ਜਾਂਦੇ ਨੇ ਕਿ ਜਦੋਂ ਘਰੋਂ ਏਅਰਪੋਰਟ ਨੂੰ ਜਾਣਾ ਅਤੇ ਸੁੱਖ ਨਾਲ ਕਾਹਲੀ ਕਾਹਲੀ ਦੇ ਵਿੱਚ ਪਾਸਪੋਰਟ ਹੀ ਘਰ ਭੁੱਲ ਜਾਂਦੇ ਆ, ਬਾਅਦ ਚੇਤਾ ਆਉਂਦਾ, ਕਈਆਂ ਦੀਆਂ ਤਾਂ ਫਲਾਈਟਾਂ ਮਿਸ ਹੋ ਜਾਂਦੀਆਂ। ਸੋ ਇਸ ਤਰ੍ਹਾਂ ਦਾ ਜਿਹੜਾ ਭੁੱਲਣ ਭੁਲਾਉਣ ਹੈਗਾ, ਇਹ ਭੁੱਲਣ ਦੀ ਕੀ ਸਮੱਸਿਆ ਹੈਗੀ ਹੈ? ਕੋਈ ਯਾਦਾਸ਼ਤ ਦੀ ਕਮਜ਼ੋਰੀ ਹੈ, ਦਿਮਾਗ ਦੀ ਕਮਜ਼ੋਰੀ ਹੈ, ਜਾਂ ਕੋਈ ਹੋਰ ਕਾਰਨ ਹੈਗਾ? ਬਹੁਤ ਸਾਰੇ ਲੋਕ ਇਹ ਵੀ ਦੇਖੇ ਨੇ ਕਿ ਬਹੁਤ ਛੇਤੀ ਗੱਲ ਕਰਨ ਲੱਗੇ ਭੁੱਲ ਜਾਂਦੇ ਨੇ। ਮੈਂ ਕੀ ਕਹਿਣ ਲੱਗਾ ਸੀ? ਕਹਿੰਦੇ ਯਾਰ ਭੁੱਲ ਗਈ ਯਾਰ, ਬਾਅਦ ਚੇਤਾ ਕਰਕੇ ਦੱਸ। ਅਤੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਦਿਮਾਗ ਦੇ ਵਿੱਚ, ਇੱਕ ਬੜਾ ਵਧੀਆ ਤਰੀਕਾ ਹੈਗਾ ਵੈਸੇ ਤਾਂ ਦਿਮਾਗ ਦੇ ਵਿੱਚ ਚੀਜ਼ਾਂ ਜਦੋਂ ਸਟੋਰ ਨਾ ਹੋਣ ਤਾਂ ਉਹਨੂੰ ਪਿੰਨ ਨਾਲ ਦੀ ਨਾਲ, ਬਹੁਤ ਸਾਰੇ ਲੋਕ, ਮੈਂ ਇੱਕ ਦੇਖਿਆ ਉੱਥੇ ਚੰਡੀਗੜ੍ਹ ਬੰਦਾ, ਉਹਨੇ ਸਵੇਰੇ ਆ ਕੇ ਤਾਂ ਉਹਨੇ ਇੱਕ ਲੈਟਰ ਪੈਡ ਵੱਡੀ ਸਹੀ ਰੱਖੀ ਹੁੰਦੀ ਸੀ ਅਤੇ ਉਹਦੇ 'ਤੇ ਡੇਟ ਪਾ ਕੇ ਜੋ ਕਾਚਾ ਮਾਚਾ ਫੋਨ ਕਿਸੇ ਦਾ ਆਇਆ ਉਹ ਵੀ ਨਾਲ ਆਇਆ ਲਿਖ ਦਿੰਦਾ, ਫੋਨ ਆਇਆ ਬੜਾ ਕਾਚੇ ਮਾਚੇ ਜਿਹੇ ਹਿੰਟ ਜਿਹੇ ਲਿਖ ਕੇ ਪੂਰਾ ਪੇਪਰ ਸ਼ਾਮ ਨੂੰ ਭਰ ਲੈਣਾ। ਤਾਂ ਮੈਂ ਕਿਹਾ ਵੀ ਇਹ ਇੱਦਾਂ ਕਿਉਂ ਕਰਦਾ? ਉਹ ਕਹਿੰਦਾ ਵੀ ਇਹਦਾ ਫਾਇਦਾ ਬਹੁਤ ਆ, ਬਿਜ਼ੀ ਬਹੁਤ ਹੋਣ ਕਰਕੇ ਮੁੜ ਕੇ ਕਈ ਚੀਜ਼ਾਂ ਦਿਮਾਗ 'ਚੋਂ ਨਿਕਲ ਜਾਂਦੀਆਂ ਅਤੇ ਫਿਰ ਇਹ ਚੱਕ ਕੇ ਦੇਖ ਲਈਦਾ ਵੀ ਕਿਹਦਾ ਕਿਹਦਾ ਫੋਨ ਆਇਆ ਸੀ, ਕੋਈ ਜ਼ਰੂਰੀ ਗੱਲ ਤਾਂ ਨਹੀਂ ਰਹਿ ਗਈ ਹੈਗੀ। ਸੋ ਅੱਜ ਆਪਾਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਆ ਇਸੇ ਚੀਜ਼ 'ਤੇ ਹੀ ਕਰਨੀ ਹੈ ਵੀ ਰੱਬ ਨੇ ਚੰਗੀ ਯਾਦਾਸ਼ਤ ਦਿੱਤੀ ਹੈ, ਕਦੇ ਕੋਈ ਭੁੱਲ ਭੁਲੱਈਆ ਹੋਇਆ ਹੋਵੇ। ਇੱਕ ਭੁੱਲਾਂ ਹੁੰਦੀਆਂ ਕਹਿੰਦੇ ਬੰਦਾ, ਜਿਹੜਾ ਗਲਤੀਆਂ ਹੁੰਦੀਆਂ, ਗਲਤੀਆਂ ਦੀ ਆਪਾਂ ਗੱਲ ਨਹੀਂ ਕਰਦੇ, ਗਲਤੀਆਂ ਦਾ ਤਾਂ ਕਹਿੰਦੇ ਬੰਦਾ ਪੁਤਲਾ। ਅਤੇ ਗੱਲ ਆਪਾਂ ਕਰਨੀ ਆ ਵੈਸੇ ਭੁੱਲਣ ਭੁਲਾਉਣ ਦਾ, ਜਾਂ ਦਿਮਾਗ ਦੀ ਯਾਦਾਸ਼ਤ ਬਾਰੇ ਕੋਈ ਗੱਲਬਾਤ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ, ਚਾਹੇ ਉਹ ਫਨੀ ਵੇਚ ਹੈਗੀ, ਚਾਹੇ ਕੋਈ ਸੀਰੀਅਸ ਗੱਲ ਹੈਗੀ, ਚਾਹੇ ਕੋਈ ਸੁਨੇਹਾ ਦੇਣ ਵਾਲੀ ਗੱਲ ਹੈਗੀ ਆ, ਵੀ ਕੀ ਕਰਨਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਕਿ ਭੁੱਲ ਜਾਂਦੇ ਨੇ ਬਹੁਤ ਛੇਤੀ? ਸੋ ਇਹੋ ਜਿਹੀਆਂ ਅੱਜ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਵੈਸੇ ਬੰਦਾ ਕਹਿੰਦੇ ਭੁੱਲਣਹਾਰ ਆ, ਭੁੱਲ ਜਾਂਦਾ ਬੰਦਾ, ਅਤੇ ਪਰ ਇਹ ਜਿਹੜਾ ਭੁੱਲਣਾ, ਕਿਸੇ ਨੂੰ ਭੁੱਲਣਾ, ਕੋਈ ਚੀਜ਼ ਭੁੱਲਣਾ, ਜਾਂ ਘਰ ਪਾਸਪੋਰਟ ਭੁੱਲਣਾ, ਇਹ ਭੁੱਲਣਾ ਹੋਰ ਚੀਜ਼ ਆ। ਇਸ ਭੁੱਲਣ ਬਾਰੇ ਆਪਾਂ ਗੱਲ ਕਰਾਂਗੇ, ਕੀ ਵਿਚਾਰ ਨੇ ਤੁਹਾਡੇ, ਕਦੇ ਭੁੱਲਿਓ ਕਦੇ ਨਹੀਂ ਭੁੱਲਿਓ? ਫਿਲਹਾਲ ਬ੍ਰੇਕ ਲੈਂਦੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ। ਮੈਂ ਜਿਮੀ ਕਹਿੰਦਾ ਵੀ ਤੂੰ ਬ੍ਰੇਕ ਲੈਣੀ ਤਾਂ ਨਹੀਂ ਭੁੱਲ ਗਿਆ? ਮੈਂ ਕਹਿੰਦਾ ਬ੍ਰੇਕ ਲੈਣੀ ਨਹੀਂ ਭੁੱਲਦਾ ਮੈਂ। ਅਤੇ ਬ੍ਰੇਕ ਤੋਂ ਬਾਅਦ ਹਾਜ਼ਰ ਹੈ, ਗੱਲਬਾਤ ਚੱਲਦੀ ਭੁੱਲਣ ਦੀ, ਭੁੱਲਣ ਭੁਲਾਉਣ ਬਾਰੇ ਗੱਲ। ਅਸਲ 'ਚ ਗੱਲ ਕੋਈ ਵੀ ਹੋਵੇ ਲੀਡਰਾਂ ਵੱਲ ਨੂੰ ਚਲੀ ਜਾਂਦੀ, ਜੇ ਬਾਬਿਆਂ ਵੱਲ ਨੂੰ ਚਲੀ ਜਾਂਦੀ ਆ, ਅਤੇ ਜੇ ਬਾਬਿਆਂ ਨੂੰ ਭੁੱਲ ਜਾਂਦੇ, ਬਾਬੇ ਯਾਦ ਕਰਾ ਦਿੰਦੇ ਨੇ, ਅਤੇ ਲੀਡਰ ਅਕਸਰ 5 ਸਾਲ ਜਦੋਂ ਜਿੱਤ ਜਾਂਦੇ ਨੇ ਉਦੋਂ ਬਾਅਦ 5 ਸਾਲ ਭੁੱਲ ਜਾਂਦੇ ਨੇ ਵੀ ਕੌਣ ਕਿੱਥੇ ਅਤੇ ਕੌਣ ਕਿੱਦਾਂ, ਮੈਂ ਅਤੇ ਕੀ ਹੈ। ਚਲੋ ਖੈਰ, ਇਹਦੇ ਬਾਰੇ ਗੱਲਬਾਤ ਕਰਨ ਵਾਸਤੇ ਦਵਿੰਦਰ ਹੋਠੀ ਸਾਹਿਬ ਫੋਨ ਲਾਈਨ 'ਤੇ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਇਹਨਾਂ ਦੀ ਕਵਿਤਾ। ਕਾਫੀ ਲੰਬੇ ਸਮੇਂ ਬਾਅਦ ਸੰਪਰਕ ਸਥਾਪਿਤ ਹੋ ਰਿਹਾ। ਹੋਠੀ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ। ਤੇ ਅੱਜ ਕਿੱਦਾਂ ਭੁੱਲ ਗਏ? ਪਰ ਸਮੱਸਿਆ ਇਹ ਹੈਗੀ ਆ, ਅਕਸਰ ਭੁੱਲਣ ਬਾਰੇ ਕੋਈ ਬੰਦਾ ਨਾ, ਜਿਵੇਂ ਡਾਕਟਰਾਂ ਦੀ ਗੱਲ ਚੱਲੀ ਪਹਿਲਾਂ, ਹਾਂਜੀ ਹਾਂਜੀ, ਤੂੰ ਡਾਕਟਰ ਵੀ ਪਹਿਲਾਂ ਬੜੀਆਂ ਖਬਰਾਂ ਪੜ੍ਹਦੇ ਹੁੰਦੇ ਸੀ ਵੀ ਕੈਂਚੀ ਭੁੱਲ ਗਏ ਢਿੱਡ ਚ। ਉਹ ਹਾਲੇ ਵੀ ਭਾਜੀ ਪੜ੍ਹਦੇ ਆ, ਰੀਸੈਂਟ ਵੀ ਪੜ੍ਹਦੇ, ਕਿਤੇ ਨਾ ਕਿਤੇ ਭੁੱਲ ਜਾਂਦੇ ਹੁਣ ਵੀ, ਆਹੋ ਤੇ ਕੋਈ ਨਾ ਕੋਈ ਖਬਰ ਆਈ ਰਹਿੰਦੀ ਆ। ਹਾਂ, ਇੱਕ ਡਾਕਟਰ ਨੇ ਆਪਰੇਸ਼ਨ ਕੀਤਾ ਕਿਸੇ ਦਾ, ਹਾਂਜੀ, ਉਹ ਦੁਬਾਰਾ ਫੋਨ ਗਿਆ, ਕਹਿੰਦਾ ਜੀ ਤੁਹਾਡਾ ਆਪਰੇਸ਼ਨ ਦੁਬਾਰਾ ਕਰਨਾ ਪੈਣਾ। ਉਹ ਕਹਿੰਦਾ ਵੀ ਕਿਉਂ ਕਰਨਾ ਪੈਣਾ? ਮੈਂ ਠੀਕ ਹੈ। ਉਹ ਕਹਿੰਦਾ ਨਹੀਂ ਨਹੀਂ ਅਸਲ 'ਚ ਨਾ ਮੈਂ ਆਪਣਾ ਇੱਕ ਦਸਤਾਨਾ ਤੇਰੇ ਢਿੱਡ 'ਚ ਭੁੱਲ ਗਿਆ। ਬੰਦਾ ਵੀ ਅੱਗੇ ਉਹ ਤੇਜ਼ ਸੀ, ਕਹਿੰਦਾ ਡਾਕਟਰ ਸਾਹਿਬ ਛੱਡੋ ਕਾਹਨੂੰ, 35-40 ਰੁਪਏ ਪਿੱਛੇ ਮੇਰਾ ਢਿੱਡ ਖੋਲਦੇ, ਫਿਰ ਉਹ ਨਵਾਂ ਲੈ ਲਓ।
ਨਵਾਂ ਲੈ ਲਓ ਕਹਿੰਦਾ ਦਸਤਾਨਾ ਕਾਹਨੂੰ ਕਹਿੰਦਾ ਮੇਰਾ ਢਿੱਡ ਖੋਲਦੇ ਫਿਰ। ਅੱਛਾ ਦਵਿੰਦਰ, ਕਦੇ ਭੁੱਲੇ ਇੱਦਾਂ ਕੋਈ ਪੇਪਰ ਕਾਗਜ਼ ਪੱਤਰ ਜਿੱਦਾਂ ਅਕਸਰ ਹੁੰਦਾ ਆਮ ਤੌਰ 'ਤੇ ਫਿਲਮਾਂ ਦੇ ਵਿੱਚ ਤਾਂ ਦਿਖਾਇਆ ਹੁੰਦਾ ਬੰਦਾ ਰੁਮਾਲ ਭੁੱਲਦਾ ਹੁੰਦਾ ਤਾਂ ਉਹ ਵਾਪਸ ਲੈ ਆਉਂਦਾ ਬਿੱਲ ਮਾਰ ਕੇ? ਨਹੀਂ ਭਾਅ ਜੀ ਇੱਦਾਂ ਹੁੰਦੀ ਆ, ਦੇਖੋ ਭੁੱਲਦਾ ਹਰ ਬੰਦਾ, ਇੱਦਾਂ ਵੀ ਆਪਾਂ ਜੇ ਚਲੋ ਗੁਰਬਾਣੀ ਨੂੰ ਬੇਸ ਰੱਖੀਏ ਵੀ ਗੁਰਬਾਣੀ ਵੀ ਕਹਿੰਦੀ ਆ ਕਿ ਸਭ ਕੁਝ ਭੁੱਲਣਹਾਰ, ਹੈ ਨਾ, ਸਾਰੇ ਭੁੱਲ ਜਾਂਦੇ ਇਹਦੀ ਗੱਲ ਹੋਰ ਹੈ। ਨਹੀਂ ਉਹ ਮਤਲਬ ਕਿ ਗੱਲ ਤੇ ਇਹ ਆ ਜਾਂਦੀ ਆ ਜਿੱਦਾਂ ਜਿਹੜੀ ਭੁੱਲਣ ਵਾਲੀ ਗੱਲ ਆ ਨਾ, ਕਈ ਲੋਕੀ ਜਿੱਦਾਂ ਤੁਸੀਂ ਬੜੇ ਕਲੀਅਰ ਕਰ ਦਿੱਤਾ ਪਹਿਲਾਂ ਵੀ, ਜਾਂ ਤਾਂ ਬਹੁਤ ਬਿਜੀ ਬੰਦਾ ਉਹ ਭੁੱਲ ਜਾਂਦਾ, ਜਾਂ ਜਿਹੜਾ ਬਹੁਤ ਵਿਹਲਾ ਉਹ ਭੁੱਲ ਜਾਂਦਾ। ਇੱਕ ਚੀਜ਼ ਹੋਰ ਹੈ, ਜਦੋਂ ਬੰਦੇ ਕਿਸੇ ਦੇ ਸਿਰ ਤੇ, ਦੇਖੋ ਸਟ੍ਰੈਸ ਕਈ ਤਰ੍ਹਾਂ ਦੀ ਹੁੰਦੀ ਆ, ਕਈ ਤਾਂ ਨਜਾਇਜ਼ ਸਟ੍ਰੈਸ ਹੁੰਦੀ ਆ, ਕੋਈ ਤੁਹਾਡੇ ਤੇ ਕੋਈ ਭੀੜ ਪਈ ਆ, ਉਸ ਟਾਈਮ ਤੇ ਬੰਦਾ ਬੜੀਆਂ ਚੀਜ਼ਾਂ ਭੁੱਲਦਾ। ਹਾਂ ਜਦੋਂ ਸਮੱਸਿਆ 'ਚ ਬੰਦਾ ਉਦੋਂ ਤਾਂ ਭੁੱਲਦਾ, ਅਕਸਰ ਭੁੱਲਦਾ, ਜਾਂ ਫਿਰ ਮੈਂ ਸਮਝਦਾ ਵੀ ਜਦੋਂ ਕਾਹਲੀ 'ਚ ਹੁੰਦੇ ਅਸੀਂ, ਜੇ ਕਿ ਕਾਹਲੀ ਕਰਦੇ ਨਾ ਉੱਠ, ਬਸ ਬਸ 2 ਮਿੰਟ 2 ਮਿੰਟ 2 ਮਿੰਟ, ਉਦੋਂ ਵੀ ਚੀਜ਼ਾਂ ਭੁੱਲਦੇ ਨੇ ਬਹੁਤ ਸਾਰੇ ਲੋਕ, ਪਾਸਪੋਰਟ ਭੁੱਲਦੇ, ਮੈਂ ਦੇਖੇ ਨੇ। ਹਾਂਜੀ ਹਾਂਜੀ, ਹੁੰਦਾ ਕੀ ਹੈ ਵੀ ਅਸੀਂ 15 ਮਿੰਟ ਪਹਿਲਾਂ ਨਹੀਂ ਉੱਠਣਾ, ਅਲਾਰਮ ਵੀ ਜਿੰਦੀ ਰਾਤ ਨੂੰ ਹੁੰਦਾ ਵੀ ਅਸੀਂ ਸਾਰੀ ਤਿਆਰੀ ਕਰ ਲਈ ਆ, ਸਵੇਰੇ ਫਲੈਟ ਆ, ਸਭ ਕੁਝ ਰੈਡੀ ਆ, ਗੁੱਡ ਟੂ ਗੋ, ਤੇ ਪਰ ਮੁੜ ਕੇ ਪਾਸਪੋਰਟ ਘਰੇ ਛੱਡ ਜਾਂਦੇ ਆ। ਕਈ ਜਿਹੜੀ ਜ਼ਰੂਰੀ ਚੀਜ਼ਾਂ ਹੁੰਦੀਆਂ ਨਹੀਂ, ਇਹ ਇੱਕ ਸਮੱਸਿਆ ਹੈ ਜਾਂ ਇਹਦੇ ਕਾਰਨ ਕੀ ਹੈ, ਇਹਦੇ ਹੱਲ ਕੀ ਹੈ? ਦੇਖੋ ਭਾਜੀ ਸਦੀਆਂ ਤੋਂ ਦੁਨੀਆਂ ਚੱਲਦੀ ਹੁੰਦੀ ਹੈ, ਹਾਲਾਤ ਵੱਖਰੇ ਵੱਖਰੇ ਹੁੰਦੇ ਭੁੱਲਣ ਦੇ, ਕਈ ਲੋਕੀ ਜਾਣ ਕੇ ਭੁੱਲਦੇ ਹੈ, ਕਈ ਲੋਕੀ ਡਰਾਮਾ ਕਰਦੇ ਭੁੱਲਣ ਦਾ, ਜਿਹਨਾਂ ਦੇ ਵਿੱਚ ਲੀਡਰਾਂ ਦੀ ਕੈਟਾਗਰੀ ਰੱਖ ਲਈ ਦੀ, ਉਹ ਜਾਣ ਕੇ ਡਰਾਮਾ ਕਰਦੇ ਭੁੱਲਣ ਦਾ। ਅੱਛਾ ਇਹ ਇੱਕ ਵਾਰੀ ਮੈਂ ਦੇਖਣ ਦੀ ਗੱਲ ਹੈ, ਮੈਂ ਸੋਚ ਵਿੱਚੋਂ ਗੱਲ ਤੁਹਾਡੀ ਕੱਟ ਕੇ ਸੁਣਾਉਣੀ ਚਾਹੁੰਦਾ। ਹਾਂਜੀ, ਜਦੋਂ ਮਨਪ੍ਰੀਤ ਬਾਦਲ ਨਾਲ ਅਸੀਂ ਜਾਂਦੇ ਹੁੰਦੇ ਸੀ ਨਾ ਪੀਪਲ ਪਾਰਟੀ ਆਫ ਪੰਜਾਬ, ਹਾਂਜੀ, ਤੇ ਉਦੋਂ ਫਿਰ ਵੱਡੇ ਬਾਦਲ ਸਾਹਿਬ ਜਿਹੜੇ ਹੈਗੇ ਨੇ, ਉਹਨਾਂ ਨੇ ਇਹ ਲੋਕਾਂ 'ਚ ਵਿਸ਼ਵਾਸ ਹੀ ਨਹੀਂ ਬਣ ਦਿੱਤਾ ਵੀ ਮਨਪ੍ਰੀਤ ਬਾਦਲ ਸਾਹਿਬ ਤੋਂ ਅਲੱਗ ਹੈ, ਉਹ ਪੱਤਰਕਾਰ ਬੈਠੇ ਨੇ। ਹਾਂਜੀ, ਸੱਚੀ ਗੱਲ ਹੈ। ਹਾਂਜੀ ਹਾਂਜੀ, ਤੇ ਉਹ ਕਹਿੰਦੇ ਵੀ ਆਹ ਕੰਮ ਸੀਗਾ ਜੀ ਕਰਨਾ ਸੀ ਕਿਸੇ ਨੇ ਕਿਹਾ, ਉਹ ਕਹਿੰਦੇ ਹਾਂ ਹਾਂ ਮਨਪ੍ਰੀਤ ਬੈਠਾ ਤੇ ਇਹਨੂੰ ਮੈਂ ਕਹਿੰਦਾ ਕਰ ਦੂੰ, ਮੁੜ ਕਹਿੰਦੇ ਉਹ ਸੋਰੀ ਮੈਂ ਭੁੱਲ ਗਿਆ, ਬੱਚਾ ਦਿਮਾਗ 'ਚ ਹੀ ਇੰਨਾ ਵਸਿਆ ਕਿ ਉਹ ਦਿਮਾਗ 'ਚੋਂ ਨਿਕਲਦਾ ਹੀ ਨਹੀਂ, ਉਹਦਾ ਨਾਂ ਸੁਖਵੀਰ ਦੀ ਜਗ੍ਹਾ ਉਹਦਾ ਨਾਂ ਆ ਗਿਆ। ਇਹ ਵੀ ਭੁੱਲਣ ਹੁੰਦਾ। ਹਾਂਜੀ, ਮਨਪ੍ਰੀਤ ਵੀ ਉਰਦੂ ਦੇ ਸ਼ੇਰਾਂ ਵਾਲਾ ਸੀਗਾ, ਉਹਨੇ ਵੀ ਬਥੇਰੇ ਸ਼ੇਰ ਫਾਏ, ਹੁਣ ਉਹ ਵੀ ਭੁੱਲਿਆ ਬੈਠਾ। ਖੈਰ ਜਿੱਦਾਂ ਤੁਸੀਂ ਡਾਕਟਰਾਂ ਦੀ ਗੱਲ ਕਰਦੇ, ਉਹ ਵੀ ਕਹਿੰਦਾ ਤੁਸੀਂ ਮੇਰੇ ਹਿੱਸੇ ਕੀ ਜ਼ਮੀਨ ਰੱਖ ਲਈ, ਮੈਂ ਫੁੱਲ ਲੱਭ ਕੇ ਲਿਆਉਣਾ ਕੁਝ ਇੱਦਾਂ ਦਾ। ਹਾਂਜੀ, ਜਿੱਦਾਂ ਤੁਸੀਂ ਡਾਕਟਰਾਂ ਦੀ ਗੱਲ ਕਰਦੇ ਆ, ਮੈਨੂੰ ਵੀ ਇੱਕ ਡਾਕਟਰ ਦੀ ਗੱਲ ਚੇਤੇ ਆ ਗਈ। ਉਹ ਡਾਕਟਰ ਵੀ ਕਾਫੀ ਹੁਸ਼ਿਆਰ ਸੀਗਾ, ਇੱਕ ਮਰੀਜ਼ ਉਹਦੇ ਕੋਲ ਗਿਆ ਤੇ ਕਹਿੰਦਾ ਵੀ ਕਿੱਦਾਂ, ਕਹਿੰਦਾ ਡਾਕਟਰ ਸਾਹਿਬ ਬਾਕੀ ਸਾਰਾ ਕੁਝ ਠੀਕ ਹੈ ਪਰ ਮੈਨੂੰ ਭੁੱਲਣ ਦੀ ਬਿਮਾਰੀ ਆ, ਮੈਂ ਹਰ ਗੱਲ ਨੂੰ ਭੁੱਲ ਜਾਂਦਾ, ਤੇ ਮੈਨੂੰ ਦੱਸੋਗੇ ਮੈਂ ਕੀ ਕਰਾਂ, ਮੈਨੂੰ ਕਿਹੜੀ ਦਵਾਈ ਦਓਗੇ? ਡਾਕਟਰ ਕਹਿੰਦਾ ਪਤੰਦਰਾ ਡਾਕਟਰ ਹੁਸ਼ਿਆਰ ਸੀ, ਕਹਿੰਦਾ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਮੇਰੀ ਫੀਸ ਰੱਖ ਮੁੜ ਕੇ, ਇਹਦਾ ਨਾ ਚੇਤਾ ਭੁਲਾ ਦੇ। ਹਾਂਜੀ, ਤੇ ਬਾਕੀ ਕਈ ਲੋਕੀ ਹੁੰਦੇ ਆ ਜਿਹੜੇ ਦਿਖਾਵੇ ਵਾਸਤੇ ਭੁੱਲਦੇ ਆ, ਜਿਹੜੇ ਜਿਹਨੂੰ ਕਹਿੰਦਾ ਕਿ ਨੈਗੇਟਿਵ ਨੂੰ ਪੋਜੀਟਿਵ ਦੇ ਵਿੱਚ ਬਦਲਣ ਵਾਸਤੇ ਭੁੱਲਦੇ ਆ, ਮਾੜੀ ਚੀਜ਼ ਨੂੰ ਚੰਗੀ ਸ਼ੋਅ ਕਰਨ ਵਾਸਤੇ ਭੁੱਲ ਜਾਂਦੇ। ਇੱਦਾਂ ਇੱਕ ਲੀਡਰ ਸੀਗਾ ਨੇਤਾ, ਉਹ ਸਕੂਲ ਦੇ ਵਿੱਚ ਸੀ ਤੇ ਫੇਲ ਹੋ ਗਿਆ ਤੇ ਉਹਦੇ ਜਿਹੜੀ ਉਹਦੀ ਉਹਨਾਂ ਦਾ ਪ੍ਰਿੰਸੀਪਲ ਸੀ ਸਕੂਲ ਦਾ, ਉਹਨੇ ਦੇਖਿਆ ਵੀ ਏਡਾ ਵੱਡਾ ਲੀਡਰ ਆ, ਮੈਂ ਕਿੱਦਾਂ ਦੱਸਾਂ ਉਹਨੂੰ, ਹਨਾ, ਕਿ ਤੇਰਾ ਮੁੰਡਾ ਫੇਲ ਆ। ਉਹ ਡਰੇ ਵੀ ਤੇ ਘਬਰਾਵੇ ਵੀ, ਉਹਨੇ ਬੜੇ ਡਰਦੇ ਡਰਦੇ ਨੇ ਕੀਤਾ ਵੀ ਤੇਰਾ ਜਿਹੜਾ ਮੁੰਡਾ ਫੇਲ ਹੋ ਗਿਆ, ਫੋਨ ਕੀਤਾ ਤੇ ਉਹਦੇ ਸੈਕਟਰੀ ਨੇ ਚੱਕਿਆ, ਸੈਕਟਰੀ ਨੇ ਚੱਕਿਆ ਤੇ ਉਹ ਕਹਿੰਦਾ ਵੀ ਲੀਡਰ ਜੀ ਨਾਲ ਗੱਲ ਕਰਨੀ। ਕਹਿੰਦੇ ਲੀਡਰ ਜੀ ਮਾੜੇ ਜਿਹਾ ਬਿਜੀ ਆ। ਕਹਿੰਦੇ ਕਿਹੜੇ ਕੰਮ ਚ? ਕਹਿੰਦੇ ਉਹ ਲੱਡੂ ਵੰਡਣ ਡਏ ਆ ਤੇ ਅੱਜ ਸਕੂਲੇ ਨਿਆਣਾ ਦਾ ਰਿਜ਼ਲਟ ਆਇਆ। ਅੱਛਾ, ਟੀਚਰ ਹੋਰ ਘਬਰਾ ਗਿਆ ਜਿਹੜਾ ਪ੍ਰਿੰਸੀਪਲ ਸੀ, ਕਰਦੇ ਕਰਾਉਂਦੇ ਜੀ ਉਹਨੇ ਜਦੋਂ ਉਹ ਨਾਲ ਗੱਲ ਕੀਤੀ ਲੀਡਰ ਜੀ ਨਾਲ, ਨੇਤਾ ਜੀ ਨੂੰ, ਕਹਿੰਦਾ ਵੀ ਤੁਸੀਂ ਲੱਡੂ ਵੰਡਣ ਡਏ ਆ, ਤੁਹਾਡਾ ਮੁੰਡਾ ਤਾਂ ਫੇਲ ਹੋ ਗਿਆ। ਉਹ ਕਹਿੰਦਾ ਮੇਰੇ ਕੋਲ ਰਿਜ਼ਲਟ ਪਹਿਲਾਂ ਹੀ ਪਹੁੰਚ ਗਿਆ। ਕਹਿੰਦਾ ਗੱਲ ਇਹ ਆ ਵੀ 80% ਨਿਆਣੇ ਫੇਲ ਹੋਏ ਆ ਤੁਹਾਡੀ ਕਲਾਸ, ਤੁਹਾਡੇ ਸਕੂਲ ਚੋਂ, ਤੇ 20% ਪਾਸ ਹੋਏ ਆ। ਕਹਿੰਦਾ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਬਹੁਮਤ ਮੇਰੇ ਮੁੰਡੇ ਦੇ ਨਾਲ ਹੀ ਆ, ਇਹਨਾਂ ਨੇ ਬਹੁਮਤ ਹੀ ਸੋਚਣਾ। ਉਹਨਾਂ ਨੇ ਬਹੁਮਤ ਹੀ ਸੋਚਣਾ। ਇਹ ਵੈਸੇ ਇੱਕ ਚੀਜ਼ ਆਮ ਹੈ ਕਿ ਸੌਰੀ ਸਰ ਮੈਂ ਭੁੱਲ ਗਿਆ, ਸੌਰੀ ਜੀ ਮੈਂ ਭੁੱਲ ਗਿਆ, ਸੌਰੀ ਮੈਂ ਭੁੱਲ ਗਈ। ਹਾਂਜੀ, ਲੂਣ ਪੋੜਾ ਭੁੱਲ ਜਾਂਦੀ ਹੈ ਦਾਲ ਚ ਨਾ ਜਾਣੀ, ਲੂਣ ਵੀ ਭੁੱਲ ਜਾਂਦਾ। ਪਰ ਆਪਾਂ ਪੰਜਾਬੀ ਆ ਤੇ ਗੱਲ ਆਪਾਂ ਪੰਜਾਬੀ ਦੀ ਹੀ ਕਰਾਂਗੇ, ਹੈ ਨਾ, ਪੰਜਾਬੀਆਂ ਦੀ ਜਾਂ ਪੰਜਾਬੀ ਦੀ। ਬਿਲਕੁਲ, ਉੱਥੇ ਕੀ ਹੋ ਰਿਹਾ, ਕਿੱਦਾਂ ਹੋ ਰਿਹਾ, ਲੋਕੀ ਕਿੱਦਾਂ ਕਹਿੰਦਾ ਵੀ ਰਿਸ਼ਵਤ ਦੇ ਬਿਨਾਂ ਕੰਮ ਨੀ ਹੁੰਦਾ, ਰਿਸ਼ਵਤ ਦੇ ਬਿਨਾਂ ਕੰਮ ਨੀ ਹੁੰਦਾ।
ਜਿੰਨੇ ਵੀ ਦਫ਼ਤਰ ਸਰਕਾਰੀ ਆ, ਕਿਉਂਕਿ ਪੰਜਾਬ ਸਿਆਂ ਤੇਰੇ ਲੋਕਾਂ ਨੂੰ ਭੁੱਲਣ ਦੀ ਬੜੀ ਬਿਮਾਰੀ ਆ, ਬੜੀ ਬਿਮਾਰੀ ਆ। ਹਾਂਜੀ, ਲੋਕਾਂ ਦੀ ਪਹਿਲਾਂ ਗੱਲ ਕਰਦੇ, ਕਹਿੰਦੇ ਪੰਜਾਂ ਸਾਲਾਂ ਬਾਅਦ ਜਿਹਨੂੰ ਲੋਕੀ ਰੋ ਪਿੱਟ ਕੇ ਕੱਢਦੇ, ਤੇ ਪੰਜਾਂ ਸਾਲਾਂ ਤੋਂ ਪਹਿਲਾਂ ਉਹਨੂੰ ਹੀ ਮੁੜ ਕੇ ਲੱਭਦੇ। ਪੰਜਾਂ ਸਾਲਾਂ ਬਾਅਦ ਜਿਹਨੂੰ ਲੋਕੀ ਰੋ ਪਿੱਟ ਕੇ ਕੱਢਦੇ ਤੇ ਪੰਜਾਂ ਸਾਲਾਂ ਤੋਂ ਪਹਿਲਾਂ ਉਹਨੂੰ ਹੀ ਮੁੜ ਕੇ ਲੱਭਦੇ। ਛੇਦੀ ਆਖਣ ਇਹਦੇ ਨਾਲ ਤਾਂ ਉਹੀ ਹੁੰਦਾ ਸੀ ਚੰਗਾ, ਉਹ ਚਾਰ ਚੁਫੇਰਿਆਂ ਘਿਰਿਆ ਹੋਇਆ ਜਾਵੇ ਕਿੱਥੇ ਬੰਦਾ। ਕਹਿੰਦਾ ਕਈ ਸਦੀਆਂ ਤੋਂ ਵਤਨ ਮੇਰੇ ਤੇ ਇਹੀ ਨੁਕਸਾ ਭਾਰੀ ਆ, ਕਿਉਂਕਿ ਪੰਜਾਬ ਸਿਆਂ ਤੇਰੇ ਲੋਕਾਂ ਨੂੰ ਭੁੱਲਣ ਦੀ ਬੜੀ ਬਿਮਾਰੀ ਆ, ਭੁੱਲਣ ਦੀ ਬੜੀ ਬਿਮਾਰੀ ਜੀ। ਪ੍ਰੋਮਿਸ ਕਰਕੇ ਲੀਡਰ ਭੁੱਲਣ ਤੇ ਵਾਅਦਾ ਕਰਕੇ ਨੇਤਾ, ਇਹ ਗੱਲ ਇੱਕੋ ਹੀ ਆ। ਪ੍ਰੋਮਿਸ ਤੇ ਲੀਡਰ ਤੇ ਭੁੱਲਣ ਤੇ ਦੂਜਾ ਮਾਰੇ, ਹਾਂਜੀ, ਤਾਂ ਇਹ ਦੋ ਭਾਸ਼ਾ ਵਿੱਚ ਗੱਲ ਤਾਂ ਕੀਤੀ ਆ ਕਿਉਂਕਿ ਹਾਲ ਸਾਰੇ ਇਹ ਹੁੰਦਾ ਲੀਡਰਾਂ ਦਾ। ਕਹਿੰਦਾ ਪ੍ਰੋਮਿਸ ਕਰਕੇ ਲੀਡਰ ਭੁੱਲਣ ਤੇ ਵਾਅਦੇ ਕਰਕੇ ਨੇਤਾ, ਹਰ ਨੌਜਵਾਨ ਨੂੰ ਦੇਣਾ ਸੀ ਸਮਾਰਟਫੋਨ, ਉਹ ਆਇਆ ਹੀ ਨੀ ਹਾਲੇ ਤੱਕ ਚੇਤਾ। ਕਹਿੰਦਾ ਕਿਹੜਾ ਚਿੱਟਾ ਕਿੰਨੇ ਦਿਨਾਂ ਵਿੱਚ ਕਿੱਥੋਂ ਫੀ ਮੁਕਾਉਣਾ, ਕਿਹੜਾ ਚਿੱਟਾ ਕਿੰਨੇ ਦਿਨਾਂ ਵਿੱਚ ਕਿੱਥੋਂ ਫੀ ਮੁਕਾਉਣਾ, ਉਹ ਯਾਰ ਹੁਣ ਨੀ ਚੇਤਾ, ਫੇਰ ਦੇਖਾਂਗੇ ਜਦੋਂ ਅਗਲੀ ਵਾਰੀ ਆਉਣਾ। ਤੇ ਕਹਿੰਦਾ ਉਰਦੂ ਦੇ ਸ਼ੇਰਾਂ ਵਾਲਾ ਵੀ ਪਹਿਲਾਂ ਗੱਲਾਂ ਕਰਦਾ ਸੀ ਐਡੀਆਂ ਚੁੱਕ ਚੁੱਕ, ਤੇ ਹੁਣ ਖਜ਼ਾਨਾ ਖਾਲੀ ਕਹਿ ਕੇ ਮੁੜ ਕੇ ਪੱਕਾ ਹੀ ਕਰ ਗਿਆ ਚੁੱਪ। ਕਹਿੰਦਾ ਰੋਟੀ ਖਾਤਰ ਕੋਈ 20 ਫਲ ਪਹਿਲਾਂ ਬਾਹਰ ਆ ਗਿਆ, ਤੇ ਕਈਆਂ ਦੀ ਅੱਜ ਤਿਆਰੀ ਆ, ਕਿਉਂਕਿ ਪੰਜਾਬ ਸਿਆਂ ਤੇਰੇ ਲੋਕਾਂ ਨੂੰ ਭੁੱਲਣ ਦੀ ਬੜੀ ਬਿਮਾਰੀ ਆ ਜੀ, ਬਿਲਕੁਲ। ਤੇ ਇੱਕ ਗੱਲ ਤਾਜੀ ਤਾਜੀ, ਕਹਿੰਦਾ ਹੁਣੇ ਹੁਣੇ ਜਿਹੜਾ ਲਾਂਘਾ ਖੁੱਲਾ ਲੋਕਾਂ ਨੂੰ ਚੜ ਗਿਆ ਚਾਹ, ਹੁਣੇ ਹੁਣੇ ਜਿਹੜਾ ਲਾਂਘਾ ਖੁੱਲਾ ਲੋਕਾਂ ਨੂੰ ਚੜ ਗਿਆ ਚਾਹ, ਸਾਰੇ ਆਖਣ ਚੱਲ ਆ ਗਿਆ ਸਾਡਾ ਸਿੱਧੂ ਭਾ। ਤੇ ਕਹਿੰਦਾ ਕਈ ਲੀਡਰ ਜਿਹਨਾਂ ਪਹਿਲਾਂ ਪਹਿਲਾਂ ਖੂਬ ਪਸਾਈਆਂ ਲੱਤਾਂ, ਤੇ ਲਾਂਘੇ ਵਾਲੇ ਦਿਨ ਚੇਤਾ ਹੀ ਭੁੱਲ ਗਿਆ, ਬਸ਼ਰਮ ਭਰ ਕੇ ਤੁਰ ਪਏ ਬੱਸਾਂ। ਸਹੀ ਹੈ, ਕਹਿੰਦਾ ਚੇਤਾ ਹੀ ਭੁੱਲ ਗਿਆ ਥੋੜੇ ਦਿਨ ਪਹਿਲਾਂ ਅਸੀਂ ਕਿਹੜੀ ਖੇ ਖਿਲਾਰੀ ਆ, ਕਿਉਂਕਿ ਪੰਜਾਬ ਸਿਆਂ ਤੇਰੇ ਲੋਕਾਂ ਨੂੰ ਭੁੱਲਣ ਦੀ ਬੜੀ ਬਿਮਾਰੀ ਆ, ਭੁੱਲਣ ਦੀ ਬੜੀ ਬਿਮਾਰੀ ਆ, ਵਾਕਈ ਵਾਕਈ। ਆਖਰੀ ਸ਼ੇਰ ਆ, ਕਹਿੰਦਾ ਵੋਟਾਂ ਪਿੱਛੇ ਲੀਡਰ ਲੜਦੇ ਤੇ ਗੋਲਕਾਂ ਪਿੱਛੇ ਬਾਬੇ, ਵੋਟਾਂ ਪਿੱਛੇ ਲੀਡਰ ਲੜਦੇ ਤੇ ਗੋਲਕਾਂ ਪਿੱਛੇ ਬਾਬੇ, ਕੋਰਟਾਂ ਦੇ ਵਿੱਚ ਕੇਸ ਕਰਕੇ ਤੇ ਪਾਉਂਦੇ ਇੱਕ ਦੂਜੇ ਤੇ ਦਾਬੇ, ਮੇਰੇ ਨਾਲ ਕਿੰਨੇ ਲੋਕੀ ਇਹੀ ਰਹਿਣ ਦਿਖਾਉਂਦੇ ਤੇ ਆਪ ਪਤੰਦਰ ਪਿੱਛੇ ਰਹਿੰਦੇ ਤੇ ਲੋਕਾਂ ਨੂੰ ਮਰਵਾਉਂਦੇ, ਫਿਰ ਮਤਲਬ ਖਾਤਰ ਅੰਦਰ ਖਾਤੇ ਪਾਉਂਦੇ ਹੋਠੀ ਵਾਂਗ ਪੱਕੀ ਯਾਰੀ ਆ, ਕਿਉਂਕਿ ਪੰਜਾਬ ਸਿਆਂ ਤੇਰੇ ਲੋਕਾਂ ਨੂੰ ਤਾਂ ਬਸ ਆ ਭੁੱਲਣ ਦੀ ਬੜੀ ਬਿਮਾਰੀ ਆ, ਭੁੱਲਣ ਦੀ ਬੜੀ ਬਿਮਾਰੀ ਹੈ। ਚਲੋ, ਬਹੁਤ ਵਧੀਆ ਵਿਅੰਗ ਤੁਸੀਂ ਕੱਸਿਆ, ਤੇ ਪਰ ਮੈਂ ਜਿਹੜੀ ਗੱਲ ਪੁੱਛੀ ਤਾਂ ਜਵਾਬ ਦਿੱਤਾ ਨੀ, ਤੁਸੀਂ ਕਦੇ ਕੋਈ ਭੁੱਲੇ ਕੋਈ ਚੀਜ਼? ਭਾਜੀ ਦੇਖੋ, ਹੁਣ ਮੈਂ ਕਿਹੜੀ ਕਿਹੜੀ ਚੀਜ਼ ਭੁੱਲਿਆ, ਇਸ ਟਾਈਮ ਤੇ ਮੈਂ ਭੁੱਲ ਗਿਆ, ਪਰ ਏਦਾਂ ਦੀ ਕੋਈ ਗੱਲ ਇਹ ਵੀ ਭੁੱਲ ਗਿਆ ਵੀ ਕੀ ਭੁੱਲੇ, ਕਿਉਂਕਿ ਭੁੱਲੇ ਭੁੱਲਦਾ ਹਰ ਬੰਦਾ, ਕਈ ਕੁਛ ਭੁੱਲ ਜੀਦਾ, ਹੁਣ ਵੀ ਭੁੱਲ ਜੀਦਾ, ਤੇ ਪਰ ਉਹੀ ਗੱਲ ਆ ਕਿ ਹੁਣ ਮੈਂ ਬਾਕੀ ਭੁੱਲ ਗਿਆ। ਚਲੋ ਠੀਕ ਹੈ, ਚਲੋ ਮੈਂ ਵੀ ਇਸ ਤੋਂ ਪਹਿਲਾਂ ਕਿ ਬ੍ਰੇਕ ਲੈਣੀ ਭੁੱਲ ਜਾਵਾਂ ਤੇ ਜਿੰਮੀ ਭਾਈ ਦਾ ਮੁੜ ਕੇ ਫੋਨ ਆ ਜਾਵੇ। ਨਾ, ਫੋਨ ਤਾਂ ਲੱਗ ਨਾਲ ਹੀ ਆ, ਉਹ ਨਾਲ ਹੀ ਰਹਿੰਦਾ, ਉਧਰੋਂ ਕੰਨ 'ਚ ਮਾਰ ਦਿੰਦਾ ਫੂਕਾਂ। ਠੀਕ ਆ, ਪਰ ਜਿੰਮੀ ਨੂੰ ਵੀ ਬਸ ਭੁੱਲਣ ਦੀ ਬਿਮਾਰੀ ਲੱਗਣ ਵਾਲੀ ਆ, ਹੋਰ ਥੋੜ੍ਹੇ 2 ਮਹੀਨੇ ਰਹਿ ਗਏ ਬਸ। ਹਾਂਜੀ, ਕਿੰਨਾ ਕੁ ਚਿਰ ਰਹਿ ਗਿਆ ਜਿੰਮੀ ਭਾਜੀ ਦਾ? ਮਹੀਨਾ ਖਾਂਡੀ ਆ ਮੇਰੇ ਖਿਆਲ। ਚਲੋ ਚਲੋ, ਕੋਟ ਪੈਂਟ ਲੈ ਲਈਏ। ਅੱਛਾ, ਇੱਕ ਗੱਲ ਹੈ, ਜਿੰਨਾ ਲੋਕ ਮੈਨੂੰ ਜਾਣਦੇ ਨੇ, ਹਾਂਜੀ, ਉਹਨਾਂ ਹੀ ਜਿੰਮੀ ਨੂੰ ਜਾਣਦੇ ਨੇ ਜਿੱਥੇ ਜਾਈਦਾ। ਬਿਲਕੁਲ ਭਾਜੀ, ਦੇਖੋ ਜਦੋਂ, ਚਲੋ ਜਿੰਮੀ ਭਾਜੀ ਬੜੇ ਚਾਹਤੇ ਪੰਜਾਬੀ ਦੇ ਨਾਲ ਆ, ਤੇ ਤੁਹਾਡੇ ਸ਼ੋਅ ਨਾਲ ਤਾਂ ਤੁਹਾਡੇ ਨਾਲ ਹਰ ਵੇਲੇ ਰਹਿੰਦੇ ਆ ਨਾ, ਤੇ ਤੁਹਾਡੇ ਮੂੰਹੋਂ ਗੱਲ ਵੀ ਉਹਨਾਂ ਦੀ ਅਕਸਰ ਹੀ ਸੁਣੀ ਜਾਂਦੀ ਆ ਕਿ ਜਿੰਮੀ ਭਾਜੀ ਏਦਾਂ। ਹੁਣ ਜਿੰਮੀ ਦੇ ਵਿਆਹ ਦਾ ਵੀ ਮੈਨੂੰ ਤੁਹਾਡੇ ਰਾਹੀਂ ਪਤਾ ਲੱਗਾ, ਮੈਨੂੰ ਕੀ ਪਤਾ ਸੀ? ਦੇਖੋ ਜੀ, ਹੁਣ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਆ ਉਹਨੂੰ ਸ਼ਗਨ ਵੀ ਪਾਉਣਾ ਪੈਣਾ। ਚਲੋ ਖੈਰ, ਬੜੀ ਮਿਹਰਬਾਨੀ ਵੈਸੇ, ਬਹੁਤ ਮਿਹਰਬਾਨੀ ਦਿੰਦੇ, ਤੁਹਾਡੀ ਗੱਲਾਂ ਵਧੀਆ ਹੋਈਆਂ, ਤੇ ਫਿਰ ਗੱਲਬਾਤ ਜ਼ਰੂਰ ਕਰਦੇ ਰਹਾਂਗੇ। ਦਵਿੰਦਰ ਹੋਠੀ ਸਾਹਿਬ ਦੀ ਕਵਿਤਾ ਉਮੀਦ ਕਰਦੇ ਹਾਂ ਪਸੰਦ ਆਈ ਹੋਣੀ ਤੁਹਾਨੂੰ, ਕਿਉਂਕਿ ਇੱਕ ਵਿਅੰਗ ਜਿਹੜਾ, ਵਿਅੰਗ ਉਹ ਹੁੰਦਾ ਕਿ ਗੁੜ ਦੇ ਵਿੱਚ ਕੁਨੈਣ ਲਪੇਟ ਕੇ ਦੇਣੀ ਆ, ਜਿਹਨੇ ਖਾਣੀ ਆ ਉਹਨੂੰ ਵੀ ਪਤਾ ਨਾ ਲੱਗੇ ਅਤੇ ਅਸਰ ਵੀ ਗੱਲ ਕਰ ਜਾਵੇ। ਉਹ ਸਮਾਂ ਲੰਘ ਗਿਆ ਜਦੋਂ ਵਿਅੰਗ ਅਸਰ ਕਰਦਾ ਸੀ ਮੇਰੇ ਹਿਸਾਬ ਦੇ ਨਾਲ, ਅੱਜ ਕੱਲ੍ਹ ਅਸਰ ਕਰਨ ਨੂੰ ਹਟ ਗਿਆ, ਪਰ ਵਿਅੰਗ ਜਿਹੜਾ ਇੱਕ ਵਿਅੰਗ ਕਾਨੂੰਨ ਮੁਤਾਬਕ ਅਸੀਂ ਬਿਨਾਂ ਕਿਸੇ ਦਾ ਨਾਮ ਲਏ ਵਿਅੰਗ ਕਰ ਸਕਦੇ ਹਾਂ, ਬਿਨਾਂ ਪਾਰਟੀਕੁਲਰ ਗੱਲ ਜਿਹੜੀ ਹੈ, ਈਵਨ ਕਿ ਪ੍ਰਧਾਨ ਮੰਤਰੀ ਅਤੇ ਵਿਅੰਗ ਕਰ ਸਕਦੇ ਹਾਂ, ਲੇਕਿਨ ਇਹ ਨਹੀਂ ਵਿਅੰਗ ਕਰ ਸਕਦੇ ਨਰਿੰਦਰ ਮੋਦੀ ਦਾ ਨਾਮ ਲੈ ਕੇ ਵਿਅੰਗ ਕਰਦੀ ਹੈ, ਮਨਮੋਹਨ ਸਿੰਘ ਦਾ ਨਾਮ ਲੈ ਕੇ ਵਿਅੰਗ ਕਰਦੀ, ਪਰ ਸਾਡੇ ਕਮੇਡੀਅਨ ਤਾਂ ਫਿਰ ਵੀ ਲੱਗੇ ਹੋਏ। ਚਲੋ ਖੈਰ, ਸ਼ੁਗਲ ਮੇਲੇ ਵਿੱਚ ਗੱਲਾਂ ਪਤਾ ਚੱਲੀਆਂ, ਤਾਂ ਭੁੱਲ ਭੁਲੱਈਏ ਦੀ ਆਪਾਂ ਗੱਲ ਕਰਨੀ, ਕਦੇ ਭੁੱਲੇ ਹੋਵੋ, ਜਾਂ ਜਿਹੜੇ ਲੋਕ ਭੁੱਲਦੇ ਨੇ, ਤੁਹਾਡੇ ਨਿਆਣੇ ਕਿੰਨਾ ਕੁ ਭੁੱਲਦੇ ਨੇ ਅੱਜ ਕੱਲ੍ਹ, ਨਿਆਣਿਆਂ ਦੀ ਆਪਾਂ ਖਾਸ ਤੌਰ 'ਤੇ ਗੱਲ ਕਰਨੀ ਹੈ,
ਬੱਚਿਆਂ ਦੀ ਗੱਲ ਕਰਨੀ ਆ ਜਿਹੜੇ ਕਿ ਜਿਨ੍ਹਾਂ ਨੂੰ ਇਹ ਸਮੱਸਿਆ ਕਹਿ ਲਓ ਚਾਹੇ ਬਿਮਾਰੀ ਕਹਿ ਲਓ, ਇਹ ਜ਼ਿਆਦਾ ਘਰ ਕਰਦੀ ਆ ਬੱਚਿਆਂ ਨੂੰ ਜਿਹੜੀ ਆ। ਉੱਦਾਂ ਪਹਿਲਾਂ ਕਹਿੰਦੇ ਸੀ ਬਜ਼ੁਰਗਾਂ ਨੂੰ ਹੁੰਦੀ, ਅੱਜ ਕੱਲ੍ਹ ਬੱਚਿਆਂ ਨੂੰ ਵੀ ਜ਼ਿਆਦਾ ਹੋਈ ਹੈ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਬ੍ਰੇਕ ਤੋਂ ਬਾਅਦ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਇੱਕ ਵਾਰ ਫਿਰ ਤੇ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ। ਗੱਲਬਾਤ ਚੱਲ ਰਹੀ ਹੈ ਭੁੱਲਣ ਦੀ, ਵੈਸੇ ਅਕਸਰ ਇਹ ਚੀਜ਼ ਦੇਖਣ ਦੇ ਵਿੱਚ ਆਈ ਹੈ ਕਿ ਬੰਦਾ ਗੱਲ ਕਰਦਾ ਕਰਦਾ ਭੁੱਲ ਜਾਂਦਾ ਵੀ ਮੈਂ ਗੱਲ ਕੀ ਕਰਦਾ ਸੀਗਾ, ਉਹਦੇ ਕੀ ਕਾਰਨ ਨੇ, ਕੀ ਹੱਲ ਨੇ। ਤੁਸੀਂ ਕਦੇ ਇਸ ਤਰ੍ਹਾਂ ਭੁੱਲੇ ਹੋ? ਤਾਂ ਵੈਸੇ ਜਿਵੇਂ ਦਵਿੰਦਰ ਨੇ ਕਹਿ ਦਿੱਤਾ ਕਿ ਮੈਂ ਇਹੀ ਭੁੱਲ ਗਿਆ ਕਿ ਮੈਂ ਕੀ ਕੁਛ ਭੁੱਲਿਆ ਸੀ, ਵੈਸੇ ਇਹ ਅਕਸਰ ਹੋ ਜਾਂਦਾ, ਬੰਦਾ ਸੋਚਦਾ ਦਿਮਾਗ 'ਤੇ ਜ਼ੋਰ ਪਾਉਂਦਾ ਕੀ ਕਰਦਾ ਕੀ ਕਰਦਾ। ਅੱਛਾ ਇੱਕ ਹੋਰ ਵੀ ਮੈਂ ਡਾਕਟਰ ਨਾਲ ਸਲਾਹ ਕੀਤੀ ਸੀ, ਇੱਕ ਹੋਰ ਬਿਮਾਰੀ ਹੈਗੀ ਆ, ਉਹਦਾ ਨਾਮ ਨਹੀਂ ਮੈਨੂੰ ਪਤਾ, ਮੈਨੂੰ ਭੁੱਲ ਗਿਆ ਨਾਮ ਉਹਦਾ ਕੀ ਸੀ। ਉਹ ਹੈਗੀ ਵੀ ਅਸੀਂ ਬੰਦੇ ਨੂੰ ਜਿੱਥੇ ਮਿਲੇ ਹਾਂ ਮਹਿਫਲ ਦੇ ਵਿੱਚ, ਮੈਨੂੰ ਇਹ ਪ੍ਰੋਬਲਮ ਹੈਗੀ ਹੈ ਥੋੜ੍ਹੀ ਜਿਹੀ ਕਿ ਅਸੀਂ ਮਹਿਫਲ ਦੇ ਵਿੱਚ ਬੰਦੇ ਨੂੰ ਮਿਲੇ ਹਾਂ, ਕਿਤੇ ਬੈਠੇ ਹਾਂ ਇਕੱਠੇ, ਦੋ ਘੁੰਮੇ ਘਾਮੇ ਦੋ ਚਾਰ ਦਿਨ, ਲੇਕਿਨ ਬਾਅਦ ਦੇ ਵਿੱਚੋਂ ਬੰਦਾ ਕਿਤੇ ਹੋਰ ਮੈਨੂੰ ਮਿਲਦਾ ਅਤੇ ਭੁੱਲ ਜਾਂਦਾ ਵੀ ਇਹ ਬੰਦਾ ਕਿੱਥੇ ਮਿਲਿਆ ਸੀ। ਇਹ ਵੀ ਇੱਕ ਪ੍ਰੋਬਲਮ ਜਿਹੜੀ ਹੈਗੀ ਹੈ, ਬਹੁਤ ਵੱਡੀ ਹੈਗੀ ਆ, ਜਿਹੜੇ ਮੈਨੂੰ ਕਈ ਲੋਕ ਦੋਸਤ ਮਿੱਤਰ ਗੁੱਸੇ ਵੀ ਹੋ ਜਾਂਦੇ ਆ, ਫਿਰ ਮੈਂ ਹੁਣ ਬਿਮਾਰੀ ਦਾ ਨਾਂ ਲਿਖਾਊਂਗਾ ਵੀ ਆਹ ਚੀਜ਼ ਹੁੰਦੀ, ਕਹਿੰਦੇ ਮੈਨੂੰ ਡਾਕਟਰ ਨੇ ਦੱਸਿਆ ਵੀ ਜਿਹੜੀਆਂ ਚਾਰ ਪੰਜ ਵਿੱਚ ਹੁੰਦੀਆਂ ਨਾ ਲਾਈਨਾਂ ਜਿਹੀਆਂ, ਇੱਕ ਲਾਈਨ ਜਿਹੜੀ ਆ ਉਹ ਤੇਰੀ ਸਲੋਅ ਹੈ, ਤੂੰ ਦਵਾਈ ਮੈਂ ਲੈ ਕੇ ਆਊਂਗਾ ਉਹਦੀ। ਤੁਹਾਡੇ ਕੀ ਵਿਚਾਰ ਨੇ, ਕੀ ਗੱਲਾਂ ਬਾਤਾਂ ਨੇ? ਫੋਨ ਲੈਂਦੇ ਹਾਂ ਜੀ ਫੋਨ ਤੋਂ ਬਾਅਦ ਫਿਰ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੱਗੀ ਵੀਰੇ, ਕੀ ਹਾਲ ਚਾਲ? ਵਧੀਆ ਜੀ ਵਧੀਆ। ਮੈਂ ਕਿਹਾ ਕਿਤੇ ਫੋਨ ਕਰਨਾ ਭੁੱਲ ਗਏ ਤੁਸੀਂ? ਚਿੱਠੀ ਨਹੀਂ, ਫੋਨ ਕਿਉਂ ਕਰਨਾ ਭੁੱਲ ਗਿਆ? ਮੈਂ ਤਾਂ ਬਹੁਤ ਚਿਰ ਦਾ ਬਣਾ ਕੇ ਬੈਠਾ। ਉਹ ਤਾਂ ਕਹਿੰਦੇ ਨਾ ਵੀ ਹੰਸ ਰਾਜਾ ਹੰਸ ਗਿਆ, ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਨਹੀਂ ਨਹੀਂ, ਚਿੱਠੀਆਂ ਪਾਉਣੀਆਂ ਕਿਉਂ ਭੁੱਲਦੇ? ਮੈਂ ਤਾਂ ਹੋ ਗਿਆ ਅੱਧਾ ਘੰਟਾ ਫੋਨ ਮਲਾਏ ਨੂੰ। ਹਾਂ ਨਹੀਂ, ਮੈਂ ਤਾਂ ਆ ਰਿਹਾ ਫੋਨ, ਮੈਂ ਦੇਖਿਆ ਸੀ ਸ਼ੁਰੂ ਤੋਂ ਹੀ, ਮੇਰੇ ਖਿਆਲ ਹੋਲਡ ਕਾਫੀ ਦੇਰ ਪਹਿਲੇ ਆ ਗਿਆ ਸੀ। ਹੋਰ ਸੁਣਾਓ, ਠੀਕ ਠਾਕ? ਪੂਰੇ ਅੱਜ ਕਿਹੜਾ ਪ੍ਰੋਗਰਾਮ ਚੱਲਦਾ ਭੁੱਲਣ ਦਾ? ਭੁੱਲਣ ਦਾ ਕੋਈ ਕੋਈ ਚੀਜ਼, ਜਿੱਦਾਂ ਇੱਕ ਇਹ ਸਮੱਸਿਆ ਹੈ ਅਸਲ 'ਚ ਸੁਰਿੰਦਰ ਸਿੰਘ ਜੀ, ਮੈਂ ਡਿਸਕਸ ਤਾਂ ਕੀਤੀ ਹੈ, ਸ਼ਾਇਦ ਕੋਈ ਨੂੰ ਗੱਲ ਵਿੱਚੋਂ ਲੱਭ ਜਾਂਦੀ ਹੈ, ਬੱਚਿਆਂ ਦੇ ਵਿੱਚ ਇਹ ਚੀਜ਼ ਕਾਫੀ ਘਰ ਕਰਦੀ ਜਾਂਦੀ ਹੈ ਵੀ ਬੱਚੇ ਭੁੱਲ ਜਾਂਦੇ ਨੇ, ਕੋਈ ਕੁਛ ਵੀ ਉਹਨੂੰ ਕੰਮ ਕਹਿੰਦੇ ਜਾਂ ਕੋਈ ਲਿਆਉਣ ਨੂੰ ਕੁਛ ਕਹਿੰਦੇ ਆ ਤਾਂ ਬੱਚੇ ਭੁੱਲ ਜਾਂਦੇ ਨੇ। ਇੱਧਰਲੇ ਮੁਲਕਾਂ ਦੀ ਗੱਲ ਕਰਨਾ, ਪੰਜਾਬ ਦੀ ਗੱਲ ਕਰਨਾ, ਕਿ ਇਹ ਇੱਕ ਮੈਂ ਪੜ੍ਹਿਆ ਸੀ ਕਿਤੇ, ਮੈਂ ਕਾਫੀ ਲੰਬਾ ਲੇਖ ਨਾ ਪੜ੍ਹਿਆ ਸੀ, ਉਹਨਾਂ ਨੇ ਕਾਫੀ ਗੱਲਾਂ ਦੱਸੀਆਂ ਸੀ ਬੱਚਿਆਂ ਵਾਸਤੇ, ਬੱਚਿਆਂ ਨੂੰ ਇਹ ਚੀਜ਼ ਪ੍ਰੋਬਲਮ ਆ ਰਹੀ ਹੈ ਜੀ। ਇਹ ਤਾਂ ਹੁਣ ਸਾਨੂੰ ਵੱਡਿਆਂ ਨੂੰ ਬਹੁਤ ਕਰਬਾਂ ਖਰਬਾਂ ਰੁਪਈਆ ਲਾ ਦਿੱਤਾ ਅਸੀਂ ਆ ਗੁਰੂ ਦੇ ਪੁਰਬ ਤੇ, ਪਰ ਗੁਰੂ ਨਾਨਕ ਨੂੰ ਭੁੱਲੇ ਹੋ ਅਸੀਂ, ਚੇਤਾ ਹੀ ਨਹੀਂ ਕਿਸੇ ਨੂੰ ਉਹਨਾਂ ਦੇ। ਹੁਣ ਜੇ ਤੁਸੀਂ ਗੁੱਸਾ ਕਰਨਾ ਵੀ ਮੈਨੂੰ ਕੀ ਕਹਿ ਰਿਹਾ ਇਹ, ਤਿੰਨ ਜੇ ਗੁਰੂ ਨਾਨਕ ਨੂੰ ਯਾਦ ਆ ਤਾਂ ਤਿੰਨ ਹੁਕਮਨਾਮੇ ਹੁੰਦੇ ਆ ਜੂਬਾ ਸਿਟੀ ਤੋਂ, ਇੱਕ ਜਦ ਅੰਦਰੋਂ ਲੈ ਕੇ ਤੁਰਦੇ ਆ, ਇੱਕ ਜਦ ਫਲੂਟ ਤੁਰਦਾ ਜਦ ਮੁੜ ਕੇ ਆਉਂਦਾ, ਤਿੰਨੇ ਹੁਕਮਨਾਮੇ। ਕੋਈ ਟੀਵੀ ਤੇ ਤੁਸੀਂ ਪੁੱਛ ਕੇ ਦੇਖੋ ਕਿਸੇ ਨੂੰ, ਇੱਕ ਵੀ ਯਾਦ ਆ ਕਿਸੇ ਨੂੰ ਉਹਨਾਂ ਚੋਂ? ਮਾੜਾ ਜਿਹਾ ਹੋਲਡ ਰੱਖਿਓ, ਮਾੜਾ ਜਿਹਾ ਹੋਲਡ ਰੱਖਿਓ ਜੀ, ਮੈਂ ਇੱਕ ਮਿੰਟ, ਕਿਉਂਕਿ ਹਾਂਜੀ ਸੁਰਿੰਦਰ ਸਿੰਘ ਜੀ, ਨਹੀਂ ਉਹ ਯਾਦ, ਖੈਰ ਇਹ ਚੀਜ਼ ਜਿਹੜੀ ਹੈ ਅਸੀਂ ਇੱਕ ਇੱਦਾਂ ਭੁੱਲਣੀ, ਹੋਰ ਚੀਜ਼ ਹੈ ਆਪਾਂ ਜਿਹੜੀ ਸਮੱਸਿਆ ਦੀ ਗੱਲ ਕਰਦੇ ਹਾਂ ਕਿ ਅਸੀਂ ਕੰਮ ਭੁੱਲ ਜਾਂਦੇ, ਪਾਸਪੋਰਟ ਭੁੱਲ ਜਾਂਦੇ, ਗੱਲ ਕਰਦਾ ਕਰਦਾ ਬੰਦਾ ਭੁੱਲ ਜਾਂਦਾ, ਉਹਦਾ ਕੀ ਹੱਲ ਹੈ? ਉਹ ਤਾਂ ਹੁਣ ਕਈ ਵਾਰੀ ਸਾਡੇ ਨਾਲ, ਇੱਕ ਵਾਰੀ ਮੈਂ ਤੁਹਾਨੂੰ ਦੱਸਦਾ, ਐਨਕ ਅੱਖਾਂ ਤੇ ਲਾਈਓ ਤੇ ਮੈਂ ਬਾਹਰੋਂ ਮੁੜ ਕੇ ਆਇਆ ਅੱਧੇ ਮੀਲ ਤੋਂ, ਘਰ ਨੂੰ ਵੀ ਮੇਰੇ ਐਨਕ ਹੈ ਨੀ ਜਦ ਆ ਕੇ ਹੱਥ ਮਾਰਿਆ। ਸਾਡੇ ਵੀ ਨਾ, ਮੈਂ ਜਿੱਥੇ ਮਕੈਨਿਕ ਸਿੱਖਦਾ ਸੀਗਾ ਸੁਰਿੰਦਰ ਸਿੰਘ ਜੀ, ਮਕੈਨਿਕ ਸਿੱਖਦਾ ਸੀ ਤੇ ਮੋਟਰਸਾਈਕਲ ਹੁੰਦਾ ਸੀ ਜਾਵਾ ਜਾਈ ਦੀ, ਤਾਂ ਉਹਦੀ ਚਾਬੀ ਇੱਕ ਲੱਗਦੀ ਹੁੰਦੀ ਸੀ, ਜਿਹੜਾ ਮੇਰਾ ਉਸਤਾਦ ਸੀ ਉਹਨੂੰ ਸੀ ਵੀ ਪਿੱਛੇ ਪੱਗ ਦੇ ਲੜ ਦੇ ਵਿੱਚ ਨਾ ਚਾਬੀ ਉਹਨੇ ਫਸਾ ਲੈਣੀ, ਯਾਦ ਰਹਿੰਦੀ ਜੇਬ 'ਚ ਰੜਕਦੀ ਰਹਿੰਦੀ ਹੈ, ਤੇ ਉਹ ਕਿਤੇ ਪੈਕ ਪੁੱਕ ਲੱਗ ਗਿਆ, ਮੁੜ ਕੇ ਚਾਬੀ ਲੱਭੀ ਗਿਆ ਲੱਭੀ ਗਿਆ ਲੱਭੀ ਨਹੀਂ, ਅਖੀਰ ਪੇਚਕਸ ਲੈ ਕੇ ਖੋਲ੍ਹ ਕੇ ਤਾਰਾਂ ਡਾਇਰੈਕਟ ਕੀਤੀਆਂ ਅਤੇ ਫਿਰ ਘਰ ਨੂੰ ਗਏ, ਤਾਂ ਘਰੇ ਜਾ ਕੇ ਜੋ ਪੱਗ ਲਾਈ ਤਾਂ ਕਿਤੇ ਚਾਬੀ ਵਿੱਚ ਪੱਗ ਦੇ, ਚਾਬੀ ਪੱਗ ਦੇ ਵਿੱਚ। ਸਾਡੇ ਵਿਆਹ ਸੀ ਸਾਡਾ ਭਾਣਜਾ ਕਨੇਡਾ ਤੋਂ, ਤੇ ਉਹ ਪਿੱਕਾ ਲੈ ਗਿਆ, ਉਹ ਰਾਤ ਨੂੰ ਪਿੱਕਾ ਖੜਾ ਕਰਕੇ ਤਾਂ ਆਪਣੇ ਚਾਬੀ ਜੇਬ ਚ ਕੋਟ ਦੀ ਜੇ ਪਾ ਲਈ, ਤੇ ਉਹ ਗੱਡੀਆਂ ਸਾਰੀਆਂ ਸਟਕ ਹੋ ਗਈਆਂ, ਪਿੱਕਾ ਪਿੱਛੇ ਖੜਾ ਸੀ, ਪੁੱਛਿਆ ਲੰਗਰਾਂ ਬਾਰੇ ਆ ਮਾੜਾ ਜਿਹਾ ਜੀ। ਜੀ ਬਿਲਕੁਲ ਬਿਲਕੁਲ ਕਰੋ ਗੱਲ। ਗੂੰਜਣ ਮਹਿਲਾਂ ਵਿੱਚ ਗੀਤ ਖੁਸ਼ਹਾਲੀ ਦੇ, ਗੀਤ ਨਹੀਂ ਇਹ ਭਾਗੋ ਬੈਣ ਕੰਗਾਲੀ ਦੇ, ਪੰਡਤ ਗੱਫੇ ਲਾਉਣ ਖੀਰ ਦੀਪਾਵਾਲੀ ਦੇ, ਬੱਚੇ ਭੁੱਖੇ ਰੋਣ ਗਰੀਬ ਸਵਾਲੀ ਦੇ, ਜੋ ਘਿਓ ਪਿਆ ਮਹਿਕ ਛੱਡਦਾ ਇਹ ਖੂਨ ਕਿਸੇ ਦਾ ਚੋਇਆ, ਇਹ ਕਿਸੇ ਦੇ ਹੋਕੇ ਹਾਵੇ ਹੋ ਲੱਡੂ ਬਰਫੀ ਖੋਇਆ, ਤੁਹਾਡੇ ਤੋਹਫੇ ਡਾਲੀ ਦੇ ਗੀਤ ਨਹੀਂ ਇਹ,
ਬਹਿਣ ਕੰਗਾਲੀ ਦੇ, ਕਈ ਸ਼ੈਲ ਮਟਿਆਰਾਂ ਤੇਰੀ ਸੇਜ ਉੱਤੇ ਲੁੱਟ ਗਈਆਂ, ਤੂੰ ਸਧਰਾਂ ਦੇ ਫੁੱਲ ਕੁਚਲੇ ਹਾਏ ਜੁਲਫਾਂ ਗਲ ਵਿੱਚ ਪਈਆਂ, ਦੁੱਖ ਬਦਹਾਲੀ ਦੇ ਇਹ ਗੀਤ ਨਹੀਂ ਗੇ, ਇਹ ਤਾਂ ਬਹਿਣ ਕੰਗਾਲੀ ਦੇ, ਕਈਆਂ ਦੇ ਘਰੀ ਹਨੇਰਾ ਤੇਰੇ ਸ਼ਮਾਦਾਨ ਪੈ ਬਲਦੇ, ਕਈ ਢਿੱਡੋਂ ਭੁੱਖੇ ਰੋਂਦੇ ਤੇਰੇ ਮਹਿਲ ਵਿੱਚ ਚੱਲਦੇ, ਦੌਰ ਪਿਆਲੀ ਦੇ ਇਹ ਗੀਤ ਨਹੀਂ ਗੇ, ਇਹ ਹਨ ਬਹਿਣ ਕੰਗਾਲੀ ਦੇ। ਸੁਣ ਖਰੀਆਂ ਖਰੀਆਂ ਭੁੱਲ ਗਏ ਭਾਗੋ ਨੂੰ ਪੂਰੀ ਹਲਬੇ, ਸੁਣ ਖਰੀਆਂ ਖਰੀਆਂ ਭੁੱਲ ਗਏ ਭਾਗੋ ਨੂੰ ਪੂਰੀ ਹਲਬੇ, ਦਿਲਬਰ ਚਰਨਾਂ ਤੇ ਡਿੱਗ ਪਏ ਸਭ ਤੱਕ ਕੇ ਨੂਰ ਜਲਬੇ, ਜੋਤ ਅਕਾਲੀ ਦੇ ਗੂੰਜਣ ਮਹਿਲਾਂ ਵਿੱਚ ਗੀਤ ਖੁਸ਼ਹਾਲੀ ਦੇ, ਗੀਤ ਨਹੀਂ ਇਹ ਭਾਗੋ ਬਹਿਣ ਕੰਗਾਲੀ ਦੇ, ਗੀਤ ਨਹੀਂ ਭਾਗੋ ਇਹ ਬਹਿਣ ਆ ਕੰਗਾਲੀ ਦੇ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ, ਸਤਿ ਸ੍ਰੀ ਅਕਾਲ ਜੀ। ਜੱਗੀ ਸਾਹਿਬ ਜੀ, ਟੀਵੀ ਦੀ ਆਵਾਜ਼ ਘੱਟ ਕਰਿਓ ਭਾਜੀ ਵੱਲੋਂ। ਹਾਂਜੀ, ਕਰ ਦਿੱਤੀ ਜੀ। ਮੈਂ ਗੁਰਦੇਵ ਢੀਂਡਸਾ ਬੋਲ ਰਿਹਾ ਲੋਸ ਏਂਜਲਸ ਤੋਂ ਜੀ। ਢੀਂਡਸਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਆਪਾਂ ਜਿਉਂ ਜਿਉਂ ਆਪਣੀ ਉਮਰ ਵੱਡੀ ਹੁੰਦੀ ਜਾਂਦੀ ਆ, ਜਿਹੜੀ ਆਪਣੀ ਚੇਤੇ ਹੈ ਆਪਣਾ ਭੁੱਲਣ ਲੱਗ ਹੀ ਜਾਂਦਾ। ਕਈ ਵਾਰੀ ਜਿੱਦਾਂ ਆਪਾਂ ਕਿਸੇ ਬੰਦੇ ਰਸਤੇ ਕੋਈ ਮਿਲਦਾ ਤੇ ਆਪਾਂ ਉਹਨਾਂ ਨੂੰ ਫਤਿਹ ਬੁਲਾਉਣ ਲੱਗਦੇ ਤਾਂ ਨਾਂ ਭੁੱਲ ਜਾਂਦਾ। ਜਿਹੜਾ ਨਾਂ ਲੈ ਕੇ ਫਤਿਹ ਬੁਲਾਉਣੀ ਜਾਂ ਸਤਿਕਾਰ ਕਰਨਾ, ਉਹਦਾ ਮਿਹਨਤ ਉਹਦਾ ਕੁਛ ਹੋਰ ਹੁੰਦਾ ਤੇ ਉੱਦਾਂ ਸੁੱਕੀ ਬੁਲਾ ਲੈਣਾ ਕੁਛ ਹੋਰ ਰੱਖਦਾ, ਕਿਉਂਕਿ ਨਾਂ ਹੀ ਭੁੱਲ ਜਾਂਦਾ ਬੰਦੇ ਦਾ ਕਿਸ ਫਤਿਹ ਬੁਲਾਉਣ ਲੱਗ ਗਿਆ। ਅੱਛਾ, ਮੈਂ ਕੋਲ ਗੱਲ ਕਰੀ, ਤੁਸੀਂ ਕਰਦੇ ਆ ਪਾਸਪੋਰਟ ਭੁੱਲਣ ਦੀ ਗੱਲ। ਪਿੱਛੇ ਜਿਹੇ ਮੈਂ ਇੰਗਲੈਂਡ ਗਿਆ, ਮੈਂ ਆਪਣੇ ਭਰਾ ਦੇ ਘਰੇ ਠਹਿਰਿਆ ਹੋਇਆ ਸੀ ਤੇ ਜਿੱਦਣ ਮੇਰੀ ਫਲਾਈਟ ਸੀ ਸਵੇਰੇ ਸਵੇਰੇ ਫਲਾਈਟ ਸੀ ਤੇ ਮੈਂ ਆਪਣਾ ਉੱਤੋਂ ਉਹਦੇ ਕਮਰਿਓਂ ਚਾਚੀ ਕੇ ਸਜਾ ਕੇ ਥੱਲੇ ਮੇਨ ਡੋਰ ਦੇ ਨਾਲ ਰੱਖਿਆ ਤੇ ਉਹ ਕਹਿੰਦੇ ਵੀ ਚਲੋ ਚਾਹ ਪੀ ਲਈਏ, ਫਿਰ ਜਾਣ ਤੋਂ ਪਹਿਲਾਂ ਚਾਹ ਪੀਣ ਲੱਗ ਗਿਆ ਤੇ ਬਾਅਦ ਦੇ ਵਿੱਚ ਅਸੀਂ ਗੱਡੀ 'ਚ ਬਹਿ ਕੇ ਤੁਰ ਪਏ ਜੀ। ਅੱਧ 'ਚ ਗਏ ਤੇ ਕਾਫੀ ਸਵੇਰੇ ਸਵੇਰੇ ਟ੍ਰੈਫਿਕ ਸੀਗੀ ਤੇ ਅੱਧ 'ਚ ਗਏ, ਮੈਂ ਕਿਹਾ ਯਾਰ ਉਹ ਮੇਰਾ ਟੈਚੀ ਜੇ ਪਿੱਛੇ ਰੱਖ ਲਿਆ ਸੀ, ਉਹ ਕਹਿੰਦਾ ਵੀ ਇਹ ਤਾਂ ਤੇਰੀ ਜ਼ਿੰਮੇਵਾਰੀ ਸੀਗੀ। ਉਹ ਮੈਂ ਕਿਹਾ ਅੱਜ ਟਾਈਮ ਹੈਗਾ ਫਲਾਈਟ ਦੇ ਵਿੱਚ, ਚੱਲ ਹੁਣ ਮੋੜ ਗੱਡੀ ਪਿਛਾ ਨੂੰ। ਤੇ ਮੈਂ ਉਹਨੂੰ ਕਿਹਾ ਯਾਰ ਸੱਚ ਦੱਸ, ਸੱਚੀ ਆ ਵੀ ਤੂੰ ਰੱਖਿਆ ਕਿ ਨਹੀਂ ਰੱਖਿਆ? ਮੈਂ ਤਾਂ ਨਹੀਂ ਰੱਖਿਆ, ਮੈਨੂੰ ਚੇਤਾ ਇਹਦੇ ਉਦੋਂ। ਉਹ ਕਹਿੰਦਾ ਜੀ ਹੈਗਾ ਟੈਚੀ ਹੈਗਾ, ਤਾਂ ਮੇਰੇ ਸਾਹ ਸਾਹ ਆਇਆ ਜੀ। ਤੇ ਕਈ ਵਾਰੀ ਇੱਦਾਂ ਆਪਾਂ ਮੁੰਡਾ ਸਮਾਨ ਸੋਰਾ ਪਾਸਪੋਰਟ ਹੀ ਦੇਖ ਲਈਦਾ ਵੀ ਪਾਸਪੋਰਟ ਹੈਗਾ, ਤੇ ਸਮਾਨ ਦਾ ਮੈਂ ਕਿਹਾ ਵੀ ਸਮਾਨ ਖੁਦ ਹੀ ਮੇਰੀ ਜ਼ਿੰਮੇਵਾਰੀ ਚੈੱਕ ਕਰਨਾ ਚਾਹੀਦਾ ਸੀ। ਖੈਰ ਇਹ ਮੇਰੇ ਨਾਲ ਇੱਦਾਂ ਹੋਈ ਤੇ ਚਲੋ, ਮਿਹਰਬਾਨੀ ਜੀ ਬਹੁਤ ਕਾਲ ਕਰਨ ਵਾਸਤੇ, ਢੀਂਡਸਾ ਸਾਹਿਬ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਚੇਤਾ ਭੁੱਲਣ ਦੀ ਗੱਲ ਕਰਦੇ ਹਾਂ। ਹਾਂਜੀ, ਚੇਤਾ ਭੁੱਲਣ ਦੀ, ਇੱਕ ਤਾਂ ਜਿਹੜਾ ਬੰਦਾ ਅਮੀਰ ਹੋ ਜਾਂਦਾ ਉਹਨੂੰ ਆਪਣੇ ਗਰੀਬ ਰਿਸ਼ਤੇਦਾਰ ਚੇਤਾ ਭੁੱਲ ਜਾਂਦੇ। ਨਹੀਂ, ਭੁੱਲਦੇ ਤਾਂ ਨਹੀਂ ਗੇ, ਉਹ ਕਹਿੰਦੇ ਆ ਤੂੰ ਨਵਿਆਂ ਦੇ ਪਤਾ ਨੀ ਕੀ ਉਹ ਗਾਣਾ ਹੈਗਾ, ਲੱਗ ਗਈ ਨੀ ਤੂੰ ਭੁੱਲ ਗਈ ਯਾਰ ਪੁਰਾਣੀ। ਹਾਂਜੀ, ਤੇ ਉਹ ਬੰਦਾ ਜਿਵੇਂ ਕਿਸੇ ਦੀ ਕਪੈਸਿਟੀ ਆ, ਬੰਦਾ ਪਤਾ ਕੀ ਆ ਉਨਾ ਕੀ ਚੀਜ਼ ਆਪਣੇ ਕੋਲੇ ਰੱਖ ਸਕਦਾ ਏ ਜਿੰਨਾ ਕੁ ਉਹਦਾ ਲਿਖਿਆ ਵਾ। ਜੇ ਹੋਰ ਦੋਸਤ ਮਿੱਤਰ ਆ ਜਾਂਦੇ ਆ, ਯਾਦ ਤਾਂ ਰਹਿੰਦੇ ਆ, ਪਰ ਉਹ ਅੱਗੇ ਜਾ ਕੇ ਫਿਰ ਉਹਨਾਂ ਨਾਲ ਵੀ ਉਹਨੇ ਉਹੀ ਮਤਲਬ ਆਪਣੀ ਲਾਈਫ ਜਿਹੜੀ ਹੈਗੀ ਆ ਉਵੇਂ ਚੱਲਦੀ ਆ ਜਿਵੇਂ ਪਿਛਲਿਆਂ ਨਾਲ ਚੱਲਦੀ ਸੀ। ਤੇ ਜਿਵੇਂ ਹੁਣ ਆਪਾਂ ਇੰਡੀਆ ਤੋਂ ਆਏ ਆ, ਇੰਡੀਆ ਨੂੰ ਆਪਾਂ ਭੁੱਲਦੇ ਤਾਂ ਨਹੀਂ ਗਏ, ਨਹੀਂ 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 ਉਹ ਚੀਜ਼ ਨਹੀਂ, ਤੇ ਨਾ ਯਾਰ ਦੋਸਤ ਭੁੱਲੀਏ, ਪਰ ਇੱਥੇ ਜਿਹੜੇ ਸਾਡੇ ਕੰਮ ਕਾਰ ਆ, ਜਿਹੜੇ ਹੋਰ ਬੰਦੇ ਨਵੇਂ ਮਿਲਣ ਵਾਲੇ ਹੁੰਦੇ ਆ, ਉਹਨਾਂ ਨਾਲ ਸਾਡਾ ਵਾਹ ਵਾਸਤਾ ਪੈਂਦਾ ਏ, ਤੇ ਮਤਲਬ ਭੁੱਲਦੇ ਨਹੀਂ ਗੇ। ਤੇ ਹੁਣ ਟਾਈਮ ਟਾਈਮ ਦੀ ਗੱਲ ਹੁੰਦੀ ਹੈ, ਇਹਨੂੰ ਕਹਿ ਦਿੰਦੇ ਆ ਹਨਾ। ਤੇ ਫਿਰ ਮੈਂ ਇਹ ਵੀ ਕਹਿਣੀ ਆ ਵੀ ਜਿਹੜਾ ਭੁੱਲਣਾ ਇਹ ਬਹੁਤ ਚੰਗਾ ਏ। ਅੱਛਾ ਜੀ, ਇਹਨੂੰ ਕਦੇ ਵੀ ਤੁਸੀਂ ਇਹਦਾ ਕਹੋ ਵੀ ਕਿਉਂ ਇਹ ਹੁੰਦਾ ਏ ਜੀ। ਤੇ ਮੇਰੇ ਬ੍ਰਦਰ ਆ ਮੇਥੋਂ ਵੱਡੇ ਆ 15 ਸਾਲ, ਤੇ ਉਹ ਕਹਿਣਗੇ ਨਾ ਮੈਂ ਆਹ ਚੀਜ਼ ਮੈਂ ਰੱਖ ਕੇ ਭੁੱਲ ਜਾਂਦਾ। ਮੈਂ ਨੀ ਇਹ ਚੰਗਾ, ਸਾਰੀਆਂ ਚੀਜ਼ਾਂ ਜੇ ਬੰਦਾ ਯਾਦ ਰੱਖ ਸਕੇ ਨਾ, ਉਹ ਜ਼ਿੰਦਗੀ ਦੇ ਵਿੱਚ ਅੱਗੇ ਨੀ ਅਸੀਂ ਵੱਧ ਸਕਦੇ ਗੇ। ਜੀ ਜੀ ਜੀ, ਚਲੋ ਕੁਛ ਨਾ ਕੁਛ ਭੁੱਲੀ ਜਾਂਦੇ ਆ ਅੱਗੇ, ਜਿਵੇਂ ਕੋਈ ਉਹ
ਆਪਾਂ ਹੁੰਦਾ ਹੈਗਾ ਕੁਛ ਵੀ ਲਿਖਦੇ ਆ ਜਾਂ ਕਿਵੇਂ ਆ, ਪਿਛਲਾ ਮਿਟੀ ਜਾਂਦਾ ਹੈਗਾ, ਅੱਗੇ ਹੋਰ ਲਿਖੀ ਜਾਂਦੇ ਆ। ਜੀ ਜੀ ਜੀ, ਚਲੋ ਮਿਹਰਬਾਨੀ ਜੀ। ਇਹ ਵੀ ਕੋਈ ਨਾ ਕੋਈ ਜੇ ਕੋਈ ਹੁੰਦਾ ਪਾਸਪੋਰਟ ਵੀ ਰਹਿ ਗਿਆ ਜਾਂ ਕੁਛ, ਮੈਂ ਤਾਂ ਕਹੂੰਗੀ ਰੱਬ ਦੇ ਹੁਕਮ ਦੇ ਵਿੱਚ ਆ ਤੇ ਸਭ ਜੋ ਹੋਇਆ ਏ ਚੰਗਾ ਹੀ ਹੋਇਆ ਏ, ਚੰਗਾ ਅਸੀਂ ਭੁੱਲ ਗਏ। ਚਲੋ ਮਿਹਰਬਾਨੀ। ਹਾਂਜੀ, ਇਹਨੂੰ ਨੈਗੇਟਿਵ ਨਹੀਂ ਲੈ ਕੇ ਜਾਣਾ, ਮਤਲਬ ਪੋਜ਼ਿਟਿਵ ਹੀ ਲੈਣਾ। ਬੰਦਾ ਬੰਦਾ ਹੀ ਹੈ, ਬੰਦੇ ਦੀ ਕਿੰਨੀ ਕੁ ਕਪੈਸਿਟੀ ਹੈ ਇੱਕ, ਮਤਲਬ ਹੈ ਜੀ। ਬਿਲਕੁਲ ਜੀ ਬਿਲਕੁਲ। ਹਾਂ ਤੇ ਵਧੀਆ ਹੈਗਾ ਕਿ ਮਤਲਬ ਯਾਦ ਕਰਨ ਦਾ ਜ਼ਿਆਦਾ ਗੱਲਾਂ ਫਾਇਦਾ ਨਹੀਂ ਹੁੰਦਾ ਹੈਗਾ ਕੋਈ। ਜੀ ਜੀ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਕੁਛ ਗੱਲਾਂ ਹੁੰਦੀਆਂ ਜਿਹੜੀਆਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਤੇ ਕੁਛ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਸਾਨੂੰ ਭੁੱਲ ਜਾਣੀਆਂ ਚਾਹੀਦੀਆਂ, ਪਰ ਕਈ ਵਾਰੀ ਇੱਦਾਂ ਹੁੰਦਾ ਕਿ ਅਸੀਂ ਕਈ ਚੀਜ਼ਾਂ ਜਾਣ ਬੁੱਝ ਕੇ ਵੀ ਜਿਹੜੇ ਭੁੱਲਦੇ ਹਾਂ ਉਹ ਹੋ ਜਾਂਦਾ। ਇੱਕ ਬੰਦਾ ਭੁੱਲਣ ਦੀ ਗੱਲ ਜੇ ਕਰੀਏ ਤੇ ਜਿਹੜਾ ਬਿਜ਼ੀ ਬੰਦਾ ਮੇਰੇ ਖਿਆਲ ਨਾਲ ਉਹ ਜ਼ਿਆਦਾ ਭੁੱਲਦਾ। ਬੰਦਾ ਕੋਈ ਰਾਤ ਨੂੰ ਘੁੰਮੀ ਜਾਂਦਾ ਸੀ, ਇੱਧਰ ਉੱਧਰ ਉੱਧਰ ਘੁੰਮੀ ਜਾਣਾ ਘੁੰਮੀ ਜਾਣਾ, ਸੋਚੀ ਜਾਂਦਾ। ਘਰ ਵਾਲੇ ਕਹਿੰਦੇ ਕੀ ਹੋ ਗਿਆ? ਕਹਿੰਦੇ ਵੀ ਮੈਂ ਕੁਛ ਭੁੱਲ ਰਿਹਾ, ਮੈਨੂੰ ਯਾਦ ਨਹੀਂ ਆ ਰਿਹਾ, ਮੈਂ ਕੁਛ ਭੁੱਲ ਰਿਹਾ। ਕੀ ਭੁੱਲ ਰਿਹਾ? ਮੈਨੂੰ ਯਾਦ ਨਹੀਂ ਆ ਰਿਹਾ। ਉਹ ਕਹਿੰਦੇ ਵੀ ਸੌਂ ਜਾਓ ਚੁੱਪ ਕਰਕੇ ਸਵੇਰੇ ਯਾਦ ਕਰ ਲਿਓ। ਨਹੀਂ ਨਹੀਂ, ਮੈਂ ਕੁਛ ਭੁੱਲ ਰਿਹਾ। ਕੀ ਭੁੱਲ? ਉਹ ਆ ਗਿਆ ਯਾਰ, ਕਹਿੰਦਾ। ਕਹਿੰਦੇ ਕੀ ਭੁੱਲ ਰਿਹਾ ਸੀ? ਉਹ ਕਹਿੰਦਾ ਮੈਂ ਇਹੀ ਭੁੱਲ ਰਿਹਾ ਸੀ ਵੀ ਮੈਂ ਇਹੀ ਸੀਗਾ ਵੀ ਅੱਜ ਮੈਂ ਜਲਦੀ ਸੋਣਾ ਸੀ, ਸਵੇਰੇ ਤੜਕੇ ਉੱਠਣਾ ਸੀ, ਕੱਲ੍ਹ ਨੂੰ ਮੇਰੀ ਮੀਟਿੰਗ ਹੈ। ਕਹਿੰਦੇ ਲੱਖ ਲਾਉਣ ਤਾਂ ਇਹੋ ਜਿਹਾ ਭੁੱਲਣ ਦੇ ਵੀ ਉਹੀ ਚੀਜ਼, ਤੁਸੀਂ ਆਰਾਮ ਨਾਲ ਸੌਂ ਜਾਓ ਬੰਦਾ। ਸੋ ਇਹ ਚੀਜ਼ਾਂ ਬਹੁਤ ਸਾਰੀਆਂ ਹੈਗੀਆਂ ਨੇ ਭੁੱਲਣ ਵਾਲੀਆਂ। ਔਰ ਚੇਤਾ ਭੁੱਲਣ ਦੀ ਜਿਹੜੀ ਅਸੀਂ ਗੱਲ ਕਰੀਏ, ਇੱਕ ਤਾਂ ਚੇਤੇ ਜਿਹੜੇ ਅਸੀਂ ਵੈਸੇ ਭੁੱਲਦੇ ਹਾਂ, ਕੰਮਕਾਰ 'ਚ ਬਿਜ਼ੀ ਹੋ ਕੇ ਚੇਤਾ ਭੁੱਲਦੇ, ਇੱਕ ਸਾਨੂੰ ਵੈਸੇ ਇਹ ਸਮੱਸਿਆ ਜਿਹੜੀ ਚੇਤਾ ਭੁੱਲਣ ਦੀ ਹੈਗੀ, ਇਹਦੇ ਬਾਰੇ ਗੱਲਬਾਤ ਚੱਲ ਰਹੀ ਆ। ਬ੍ਰੇਕ ਤੋਂ ਬਾਅਦ ਫਿਰ ਕਰਾਂਗੇ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ। ਗੱਲ ਭੁੱਲਣ ਭੁਲਾਉਣ ਦੀ ਚੱਲ ਰਹੀ ਹੈ। ਵੈਸੇ ਕਹਿੰਦੇ ਵੀ ਸਿਆਣੇ ਕਹਿੰਦੇ ਆ ਵੀ ਘਰ ਵਾਲੀ ਦਾ ਜਨਮਦਿਨ ਇੱਕ ਵਾਰੀ ਭੁੱਲ ਜਾਓ, ਮੁੜ ਕੇ ਸਾਰੀ ਜ਼ਿੰਦਗੀ ਯਾਦ ਰਹਿੰਦਾ। ਔਰ ਅਕਸਰ ਬੰਦੇ ਦੇਖਿਆ ਵੀ ਭੁੱਲ ਜਾਂਦੇ ਆ, ਜਦੋਂ ਕੋਈ ਡੇਟ ਆਫ ਬਰਥ ਘਰ ਵਾਲੀ ਦਾ ਪੁੱਛਦਾ ਤਾਂ ਇੱਕ ਵਾਰੀ ਬੰਦਾ ਜ਼ਰੂਰ ਸੋਚ ਕੇ ਦੱਸਦਾ। ਸੋ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਸਾਰਿਆਂ ਨੂੰ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇਹ ਭੁੱਲਣ ਬਾਰੇ ਗੱਲ ਕਰ ਰਹੀ ਹਾਂ। ਜ਼ਰੂਰ ਜੀ। ਬਈ ਜਿਹੜੀਆਂ ਆਪਣੀਆਂ ਚੰਗੀਆਂ ਯਾਦਾਂ ਹੁੰਦੀਆਂ ਉਹਨਾਂ ਨੂੰ ਆਪਾਂ ਵਾਰ ਵਾਰ ਦੁਹਰਾਉਂਦੇ ਰਹਿੰਦੇ ਹਾਂ, ਤੇ ਜਿਹੜੀਆਂ ਕਿਉਂਕਿ ਸਮਾਜ 'ਚ ਜਿਹੜੀਆਂ ਲਕੀਰਾਂ ਬਣੀਆਂ ਹੁੰਦੀਆਂ। ਅੱਛਾ, ਟੀਵੀ ਦੀ ਆਵਾਜ਼ ਘੱਟ ਕਰੋ। ਟੀਵੀ ਦੀ ਆਵਾਜ਼ ਘੱਟ ਕਰਨੀ ਪੈ ਗਈ ਜੀ। ਟੀਵੀ ਦੀ ਆਵਾਜ਼ ਤਾਂ ਘੱਟ ਕਰ ਲਈ, ਤੇ ਵੈਸੇ ਜੱਗੀ ਨੇ ਤਾਂ ਮੇਰੇ ਨਾਲ ਗੱਲ ਨਹੀਂ ਕਰ ਰਿਹਾ। ਨਹੀਂ ਨਹੀਂ, ਘੱਟ ਕਿੱਥੋਂ ਕਰ ਲਈ ਆਵਾਜ਼? ਜੇ ਤੁਹਾਨੂੰ ਜਿਹੜੇ ਇਹਦੇ ਨਾ ਜੀ ਥੋੜੀ ਜਿਹੀ ਲੇਟ ਹੁੰਦਾ 5-7 ਸੈਕਿੰਡ ਨਾ। ਹਾਂਜੀ ਹਾਂਜੀ ਹਾਂਜੀ। ਤੇ ਤੁਸੀਂ ਹਾਂਜੀ ਕਰੋ। ਤੇ ਮਤਲਬ ਜਿਹੜੀਆਂ ਮੈਂ ਦੁਬਾਰਾ ਰਿਪੀਟ ਕਰਦੀ ਆ। ਹਾਂਜੀ ਹਾਂਜੀ। ਵੀ ਜਿਹੜੀਆਂ ਚੰਗੀਆਂ ਯਾਦਾਂ ਹੁੰਦੀਆਂ ਉਹਨਾਂ ਨੂੰ ਆਪਾਂ ਵਾਰ ਵਾਰ ਦੁਹਰਾਉਂਦੇ ਰਹਿੰਦੇ ਆ, ਜਿਹੜੀਆਂ ਦਿਮਾਗ 'ਚ ਆਪਣੇ ਲਕੀਰਾਂ ਬਣੀਆਂ ਹੁੰਦੀਆਂ ਉਹ ਡਾਰਕ ਹੁੰਦੀਆਂ ਰਹਿੰਦੀਆਂ, ਤੇ ਜਿਹੜੀਆਂ ਆਪਣੀਆਂ ਕੌੜੀਆਂ ਯਾਦਾਂ ਹੁੰਦੀਆਂ ਆਪਾਂ ਉਹਨਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹ ਮਤਲਬ ਜਿਹੜੀਆਂ ਲਕੀਰਾਂ ਹੈਗੀਆਂ ਉਹ ਡਾਰਕ ਨਹੀਂ ਹੁੰਦੀਆਂ, ਉਹ ਮੱਧਮ ਪੈਂਦੀਆਂ ਜਾਂਦੀਆਂ। ਬਾਕੀ ਉਮਰ ਦੇ ਲਿਹਾਜ਼ ਨਾਲ ਵੀ ਜਿਹੜਾ ਚੇਤੇ ਦਾ ਫਰਕ ਪੈਂਦਾ ਅੱਜ ਕੱਲ ਚੇਤਾ ਭੁੱਲਣ ਬਾਰੇ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਮਨਜੀਤ ਸਿੰਘ ਜੀ, ਸਤਿ ਸ੍ਰੀ ਅਕਾਲ। ਪਹਿਲੀ ਗੱਲ, 550 ਸਾਲ ਦਾ ਜੋ ਦਰਵਾਜ਼ਾ ਖੁੱਲਿਆ, ਬਹੁਤ ਸਾਰੀਆਂ ਵਧਾਈਆਂ। ਬਹੁਤ ਬਹੁਤ ਵਧਾਈਆਂ ਜੀ, ਸਾਰੀ ਸਾਧ ਸੰਗਤ ਨੂੰ ਬਹੁਤ। ਹਾਂਜੀ, ਤੇ ਸਿੱਧੂ ਸਾਹਿਬ ਨੂੰ ਐਸੇ ਭੁੱਲੇ ਉਹ ਸਾਡੇ ਨਜ਼ਰ ਇਲਾਕੇ ਹੀ। ਕਹਿੰਦੇ 5000 ਬੰਦਾ ਰੋਜ਼ ਜਾਣਾ, ਤੇ ਉਹ ਜ਼ਿਆਦਾ ਹੁਣ ਨਿਊਜ਼ ਸੁਣੀ ਆ ਤੇ 1500 ਬੰਦਾ ਹਲੇ ਤੱਕ 1500 ਗਿਆ ਹੁਣ ਤੱਕ। ਨਹੀਂ ਪਰ ਉਹਦਾ ਕਾਰਨ ਇਹ ਨਹੀਂ ਕਿ ਲੋਕਾਂ ਦੇ ਵਿੱਚ ਸ਼ਰਧਾ ਘੱਟ ਹੈ ਮਨਜੀਤ ਸਿੰਘ ਜੀ, ਕਾਰਨ ਇਹ ਨਹੀਂ ਹੈ। ਕਾਰਨ ਇਹ ਹੈ ਕਿ ਹਜੇ ਬਹੁਤ ਸਾਰੀਆਂ ਤਕਨੀਕੀ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ, ਉਹ ਕਲੀਅਰ ਹੋ ਜਾਣਗੀਆਂ ਤੇ ਮੇਰੇ ਹਿਸਾਬ ਦੇ ਨਾਲ ਸੰਗਤ ਜਾਏਗੀ ਧੜਤੜ। ਇੱਕ ਜਿਹੜੀ ਪ੍ਰੋਬਲਮ ਬਜ਼ੁਰਗਾਂ ਨੂੰ ਆਏਗੀ ਉਹ ਇਹ ਆ ਸਕਦੀ ਹੈ ਕਿ ਬਜ਼ੁਰਗਾਂ ਕੋਲ ਪਾਸਪੋਰਟ ਨਹੀਂ ਹੈਗਾ, ਪਾਸਪੋਰਟ ਤੁਹਾਡੇ ਕੋਲ ਨਹੀਂ ਜਾਣੀ। ਅਦਰਵਾਈਜ਼ ਬਹੁਤ ਵਧੀਆ, ਬਹੁਤ ਵਧੀਆ ਜੀ। ਚਲੋ ਮਿਹਰਬਾਨੀ ਜੀ ਤੁਹਾਡੀ। ਹਾਂਜੀ ਜੀ, ਜੇ ਸੰਧੂ ਦਾ ਨਾਮ ਭੁੱਲਦੇ ਕਾਫੀ ਮਸ਼ਕਲਾਂ ਹੱਲ ਹੋ ਜਾਂਦੀਆਂ। ਜੀ ਜੀ, ਚਲੋ ਮਿਹਰਬਾਨੀ ਜੀ। ਹੈਲੋ ਹੈਲੋ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੱਗੀ ਜੀ। ਸਤਿ ਸ਼੍ਰੀ ਅਕਾਲ, ਮੈਂ ਆਉਣ ਏ ਨਾ ਜੱਗੀ ਜੀ। ਬਿਲਕੁਲ ਜੀ, ਆਉਣ ਏ ਰੋ ਤੁਸੀਂ ਜੀ। ਹਾਂਜੀ ਜੱਗੀ ਜੀ, ਅਸੀਂ ਭੁੱਲਦੇ ਘੱਟ ਆ ਤੇ ਉਹਦੀ ਐਕਟਿੰਗ ਜ਼ਿਆਦਾ ਕਰਦੇ ਆ। ਜੀ 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 ਜੀ, ਜੇ ਪੋਲੀਟੀਸ਼ੀਅਨ ਦੇ ਨਾ ਜਿਵੇਂ ਨੇ 4.5 ਸਾਲ ਤੇ ਵੋਟਰਾਂ ਨੂੰ ਭੁੱਲ ਜਾਂਦੇ ਨੇ, ਫਿਰ ਬਾਅਦ ਵਿੱਚ ਯਾਦ ਕਰਦੇ ਆ। ਅਸੀਂ ਰੱਬ ਨੂੰ ਜਵਾਨੀ ਵੇਲੇ ਭੁੱਲ ਜਾਂਦੇ ਆ,
ਔਰ ਫਿਰ ਬੁਢਾਪੇ ਵੀ ਯਾਦ ਕਰਦੇ ਆ। ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ। ਜਦੋਂ ਅਸੀਂ ਇੱਕ ਬਹੁਤ ਵੱਡੀ ਗੱਲ ਤੁਸੀਂ ਵੈਸੇ ਕਹੀ ਹੈ, ਚਲੋ ਕਈ ਜਵਾਨੀ ਦੀ ਜਵਾਨੀ ਨਾਲ ਰਿਲੇਟਡ ਹੈ, ਪਰ ਅਸੀਂ ਜਦੋਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤੇ ਪਰਮਾਤਮਾ ਯਾਦ ਕਰਾਉਂਦਾ ਹੈ। ਬਸ ਇਸ ਕਰਕੇ ਇਹ ਨਾ ਕਿ ਜਦੋਂ ਸਾਨੂੰ ਕਿਸੇ ਚੀਜ਼ ਦੀ, ਬੰਦਾ ਜਿਹਦੇ ਪੈਸੇ ਲੈਣੇ ਹੁੰਦੇ ਨੇ ਜੀ ਉਹ ਤੇ ਨਹੀਂ ਭੁੱਲਦਾ ਜੀ, ਪਰ ਦੇਣ ਵਾਲਾ ਕਿਉਂ ਭੁੱਲ, ਦੇਣ ਵਾਲਾ ਭੁੱਲਣ ਦੀ ਐਕਟਿੰਗ ਜ਼ਿਆਦਾ ਕਰਦਾ। ਹਾਂ ਭੁੱਲ ਗਿਆ ਜੀ। ਹਾਂਜੀ ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਬਹੁਤ ਗੱਲਾਂ ਨੇ ਭੁੱਲਣ ਭੁਲਾਉਣ ਦੀਆਂ, ਅਗਰ ਅਸੀਂ ਜ਼ਿਕਰ ਕਰਨਾ ਸ਼ੁਰੂ ਕਰ ਦਈਏ ਵੈਸੇ ਹੀ ਗੱਲਾਂ, ਸੱਚੀਆਂ ਗੱਲਾਂ ਜਿਹੜੀਆਂ ਹੋਈਆਂ ਹੋਈਆਂ ਉਹੀ ਸ਼ੁਰੂ ਕਰ ਦਈਏ ਤਾਂ ਟਾਈਮ ਬਹੁਤ ਹੋ ਜਾਂਦਾ। ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਫਿਰ ਤੁਹਾਡੀਆਂ ਕੁਛ ਕਾਲਾਂ ਲੈਣ ਦੀ, ਦੇਖਦੇ ਰਹੋ ਦਸ ਪੰਜਾਬੀ। ਪ੍ਰੋਗਰਾਮ ਦਾ ਆਖਰੀ ਸੈਗਮੈਂਟ ਅਤੇ ਕਾਲਾਂ ਤਿੰਨ ਚਾਰ ਜਿਹੜੀਆਂ ਉਹ ਫਲੈਸ਼ ਕਰ ਰਹੀਆਂ ਨੇ, ਪਰ ਮੈਂ ਮੁਆਫ਼ੀ ਚਾਹਾਂਗਾ ਕਿ ਕਾਲਾਂ ਹੁਣ ਨਹੀਂ ਲੈ ਹੋਣੀਆਂ, ਸਮਾਂ ਤਕਰੀਬਨ ਸਮਾਪਤੀ ਦੇ ਨੇੜੇ ਹੈ। ਭੁੱਲਣ ਦੀ ਅਸੀਂ ਗੱਲ ਕਰੀਏ ਤਾਂ ਸਾਨੂੰ ਜਿਹੜੀਆਂ ਨਹੀਂ ਭੁੱਲਣੀਆਂ ਚਾਹੀਦੀਆਂ, ਉਹ ਮੈਂ ਕਿਤੇ ਪੜ੍ਹ ਰਿਹਾ ਸੀਗਾ, ਚੰਗੇ ਕੰਮ ਕਰਨੇ ਨਹੀਂ ਭੁੱਲਣੇ ਚਾਹੀਦੇ, ਚੰਗੇ ਦੋਸਤ ਨਹੀਂ ਭੁੱਲਣੇ ਚਾਹੀਦੇ, ਮਾੜਿਆਂ ਨੂੰ ਭੁੱਲ ਜਾਣਾ ਚਾਹੀਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ। ਪਰਮਾਤਮਾ ਨੂੰ ਜਦੋਂ ਅਸੀਂ ਭੁੱਲ ਜਾਂਦੇ ਹਾਂ ਤਾਂ ਉਦੋਂ ਫਿਰ ਸਾਨੂੰ ਇਉਂ ਲੱਗਦਾ ਵੀ ਅਸੀਂ ਜਿਵੇਂ ਬਹੁਤ ਕੁਛ ਭੁੱਲ ਗਏ ਹੁੰਦੇ ਹਾਂ। ਸੋ ਕਈ ਚੀਜ਼ਾਂ ਨੇ, ਕਈ ਬਚਪਨ ਦੀ ਗੱਲ ਕਰੀਏ, ਬਹੁਤ ਸਾਰੀਆਂ ਚੀਜ਼ਾਂ ਅੱਜ ਵੀ ਹੈਗੀਆਂ ਬਚਪਨ ਦੀਆਂ ਸਾਡੇ ਜ਼ਿਹਨ ਦੇ ਵਿੱਚ ਨੇ, ਯਾਦ ਨੇ ਚੰਗੀ ਤਰ੍ਹਾਂ। ਬਹੁਤ ਸਾਰੀਆਂ ਵੱਡੀਆਂ ਵੱਡੀਆਂ ਗੱਲਾਂ ਅਸੀਂ ਤਕਰੀਬਨ ਭੁੱਲ ਜਾਂਦੇ ਹਾਂ। ਸੋ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ, ਤੁਸੀਂ ਇੰਜੋਏ ਕੀਤਾ ਹੋਏਗਾ ਪ੍ਰੋਗਰਾਮ। ਅਤੇ ਕੋਈ ਵੀ ਗੱਲਬਾਤ ਵਾਸਤੇ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ ਜੀ। ਇਸ ਤੋਂ ਇਲਾਵਾ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ, ਕੋਈ ਵੀ ਈਵੈਂਟ ਤੁਹਾਡੇ ਨੇੜੇ ਤੇੜੇ ਹੁੰਦੀ ਹੈ ਜਾਂ ਤੁਸੀਂ ਕਰਵਾਉਂਦੇ ਹੋ, ਚਾਹੇ ਉਹ ਧਾਰਮਿਕ ਹੈ, ਸੋਸ਼ਲ ਹੈ, ਸੱਭਿਆਚਾਰਕ ਹੈ, ਚਾਹੇ ਖੇਡਾਂ ਦੀ ਗੱਲ ਕਰੀਏ, ਤਾਂ ਤੁਸੀਂ ਜ਼ਰੂਰ ਮੈਨੂੰ ਫੋਨ ਕਰਕੇ ਸੱਦਾ ਪੱਤਰ ਦੇ ਸਕਦੇ ਹੋ। ਪਰ ਅਸੀਂ ਸੱਦਾ ਪੱਤਰ ਦਿਓਗੇ ਤਾਂ ਹੀ ਉੱਥੇ ਆਵਾਂਗੇ। 209-450-33-2 209-450-3362 ਤੇ ਤੁਸੀਂ ਕਾਲ ਕਰਕੇ ਜਸ ਪੰਜਾਬੀ ਨੂੰ ਸੱਦਾ ਪੱਤਰ ਦੇਣਾ ਚਾਹੋ ਤਾਂ ਦੇ ਸਕਦੇ ਹੋ। ਅਸੀਂ ਫਿਰ ਉਸ ਪ੍ਰੋਗਰਾਮ ਨੂੰ ਕਵਰ ਕਰਕੇ ਤਾਂ ਜ਼ਰੂਰ ਸਾਡੇ ਪ੍ਰੋਗਰਾਮਾਂ ਦੇ ਵਿੱਚ ਕੈਲੀਫੋਰਨੀਆ ਡਾਇਰੀ ਆਉਂਦਾ ਜਾਂ ਜਸ ਕੈਮਰੇ ਨਜ਼ਰ ਆਉਂਦਾ ਉਹਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਫਿਲਹਾਲ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।